ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇਸ ਮੰਚ ਦੇ ਉੱਤੇ। ਔਰ ਸਮਾਰਟ ਸਟੱਡੀ ਤੋਂ ਅੱਜ ਇੱਕ ਵਾਰ ਫਿਰ ਤੋਂ ਅਸੀਂ ਸਟੂਡੀਓ ਦੇ ਵਿੱਚ ਇਨਵਾਈਟ ਕੀਤਾ ਹੋਇਆ ਹੈ ਵਰੁਣ ਕਾਲਰਾ ਜੀ ਔਰ ਹਰਸਿਮਰਨ ਕਾਲਰਾ ਜੀ ਨੂੰ। ਸਮਾਰਟ ਸਟੱਡੀ ਦੀ ਗੱਲ ਕਰ ਲਈਏ ਤਾਂ ਸਿਰਫ ਆਸਟ੍ਰੇਲੀਆ ਨੂੰ ਲੈ ਕੇ ਹੀ ਬੱਚਿਆਂ ਨੂੰ ਹਰ ਵਾਰ ਜਾਣਕਾਰੀ ਦੇਣ ਲਈ ਇਸ ਮੰਚ 'ਤੇ ਇਕੱਠੇ ਹੁੰਦੇ ਹਾਂ, ਕਿਉਂਕਿ ਅੱਜ ਪੰਜਾਬ ਤੋਂ ਜਿਹੜਾ ਵਿਦੇਸ਼ ਜਾਣ ਦਾ ਰੁਝਾਨ ਕਾਫੀ ਸਮੇਂ ਤੋਂ ਸੀ, ਪਹਿਲਾਂ ਕੈਨੇਡਾ ਵੱਲ ਨੂੰ ਰੁੱਖ ਸੀ, ਹੁਣ ਜਦੋਂ ਕੈਨੇਡਾ ਨੇ ਥੋੜ੍ਹੇ ਜਿਹੇ ਆਪਣਾ SDS ਨੂੰ ਲਾਂਚ ਕੀਤਾ, 6 ਇੰਚ ਦੀ ਰਿਕੁਆਇਰਮੈਂਟ ਕਰ ਦਿੱਤੀ, ਜਿਹੜੇ ਬੱਚੇ ਰਿਫਿਊਜ਼ ਹੋਏ ਆਸਟ੍ਰੇਲੀਆ ਨੂੰ ਜਾਣ ਲੱਗ ਗਏ। ਆਪਾਂ 13-14 ਦੀ ਗੱਲ ਕਰ ਲਈਏ ਤਾਂ 5 ਬੈਂਡ ਜਾਂ 4.5 ਬੈਂਡ 'ਤੇ ਵੀ ਆਸਟ੍ਰੇਲੀਆ ਬੱਚੇ ਚਲ ਗਏ, ਭਰ ਭਰ ਟਰੱਕ ਬੱਚੇ ਆਸਟ੍ਰੇਲੀਆ ਭੇਜ ਦਿੱਤੇ ਗਏ। ਉਸ ਤੋਂ ਬਾਅਦ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਜਿਹੜਾ ਵੀਜ਼ਾ ਨਿਯਮ 'ਚ ਬਦਲਾਅ ਆਇਆ ਔਰ ਉਹਨਾਂ ਨੇ ਕੁਆਲਿਟੀ ਸਟੂਡੈਂਟ ਮੰਗਣੇ ਸ਼ੁਰੂ ਕਰ ਦਿੱਤੇ। ਉਦੋਂ ਤੋਂ ਹੀ ਕੰਮ ਕਰ ਰਹੇ ਨੇ ਔਰ ਟਿਲ ਦ ਡੇਟ ਸੈਂਕੜੇ ਬੱਚੇ, ਹਜ਼ਾਰਾਂ ਬੱਚਿਆਂ ਨੂੰ ਆਸਟ੍ਰੇਲੀਆ ਭੇਜ ਚੁੱਕੇ ਨੇ। ਪਲੱਸ ਪੁਆਇੰਟ ਕੀ ਹੈ ਕਿ ਤੁਹਾਡੇ ਪ੍ਰੋਫਾਈਲ 'ਤੇ ਵੀਜ਼ਾ ਲੱਗਣ ਵਾਲਾ ਹੁੰਦਾ ਤਾਂ ਤੁਹਾਨੂੰ ਯੈਸ ਕਰਦੇ ਨੇ, ਜੇ ਲੱਗਦਾ ਕਿ ਪ੍ਰੋਫਾਈਲ ਮਾੜਾ ਤਾਂ ਦੂਰੋਂ ਹੀ ਮਨਾ ਕਰ ਦਿੰਦੇ ਨੇ ਕਿ ਨਹੀਂ ਤੁਹਾਡਾ ਵੀਜ਼ਾ ਨਹੀਂ ਲੱਗਣਾ, ਔਰ ਤੁਹਾਡਾ 1 ਵੀ ਰੁਪਏ ਦਾ ਨੁਕਸਾਨ ਨਹੀਂ ਹੋਣ ਦਿੰਦੇ, ਕਿਉਂਕਿ ਫੀਸ ਆਫਟਰ ਵੀਜ਼ਾ ਜਿਹੜੀ ਚਾਰਜ ਕਰਦੇ ਨੇ ਆਸਟ੍ਰੇਲੀਆ ਲੈ ਕੇ। ਸੋ ਸਵਾਗਤ ਕਰ ਲੈਂਦੇ ਹਾਂ ਵਰੁਣ ਕਾਲਰਾ ਜੀ ਔਰ ਹਰਸਿਮਰਨ ਕਾਲਰਾ ਜੀ ਦਾ। ਵਰੁਣ ਜੀ ਔਰ ਹਰਸਿਮਰਨ ਜੀ, ਬਹੁਤ ਬਹੁਤ ਸਵਾਗਤ। ਥੈਂਕ ਯੂ ਮਨੀਸ਼ ਜੀ, ਜਿਹੜੇ ਵੀ ਪ੍ਰੋਗਰਾਮ ਦੇਖ ਰਹੇ ਜੀ, ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਵਰੁਣ ਜੀ, ਆਸਟ੍ਰੇਲੀਆ ਦੀ ਗੱਲ ਕਰ ਲਈਏ ਤਾਂ ਬਹੁਤ ਸਾਰੇ ਵੀਜ਼ਾਸ ਤੁਹਾਡੇ ਆਫਿਸ ਦੇ ਵਿੱਚ ਲੱਗੇ ਵੇਖੇ। ਮੈਂ ਜਲੰਧਰ ਆਫਿਸ ਵਿਜ਼ਿਟ ਕੀਤਾ ਸੀ, ਵੀਜ਼ਾ ਸੀ, ਲੁਧਿਆਣਾ ਆਫਿਸ ਵਿਜ਼ਿਟ ਕੀਤਾ, ਵੀਜ਼ਾ ਸੀ। ਬਿਲਕੁਲ ਜੀ। ਔਰ ਫੇਸਬੁੱਕ 'ਤੇ ਬਹੁਤ ਸਾਰੇ ਵੀਜ਼ਾਸ ਪੋਸਟ ਕਰਦੇ ਹੋ, ਕਮੈਂਟਸ ਆਉਂਦੇ ਨੇ, ਪੜ੍ਹਦੇ ਆ, ਚੰਗਾ ਲੱਗਦਾ ਜਦੋਂ ਬੱਚੇ ਦਾ ਡੈਸਟੀਨੇਸ਼ਨ 'ਤੇ ਪਹੁੰਚ ਜਾਂਦਾ, ਬੱਚੇ ਦਾ ਡ੍ਰੀਮ ਪੂਰਾ ਹੋ ਜਾਂਦਾ। ਬਿਲਕੁਲ ਜੀ। ਆਪਾਂ ਪਿਛਲੇ ਸ਼ੋਅ ਦੇ ਵਿੱਚ ਆਸਟ੍ਰੇਲੀਆ ਜਾਣ ਵਾਲੇ ਬੱਚਿਆਂ ਦੀ ਗੱਲਬਾਤ ਕੀਤੀ ਸੀ ਕਿ ਆਸਟ੍ਰੇਲੀਆ ਜਦੋਂ ਬੱਚਾ +2 ਤੋਂ ਬਾਅਦ ਕਿਵੇਂ ਜਾ ਸਕਦਾ, ਕੀ ਬੈਂਡ ਸਕੋਰ ਚਾਹੀਦਾ। ਸੋ ਹਲਕਾ ਜਿਹਾ ਬੱਚਿਆਂ ਨੂੰ ਦੱਸ ਦਈਏ ਕਿ 18 ਪਾਸ 19 ਪਾਸ ਬੱਚਾ, ਓਵਰਆਲ 6 ਬੈਂਡ ਆ, ਕੋਰ ਸਬਜੈਕਟ ਦੇ ਵਿੱਚੋਂ 65% ਨੰਬਰ ਆ, ਓਵਰਆਲ 70% ਨੰਬਰ ਆ, ਤੁਸੀਂ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ। ਸਿੰਗਲ ਹੋ, ਮੈਰਿਡ ਹੋ, ਕੋਈ ਪ੍ਰੋਬਲਮ ਨਹੀਂ, 18 ਜਾਂ 19 ਪਾਸ ਤੁਸੀਂ ਹੋਣੇ ਚਾਹੀਦੇ ਹੋ। ਸੋ ਇਸ ਸ਼ੋਅ ਦੇ ਵਿੱਚ ਉਹਨਾਂ ਬੱਚਿਆਂ ਬਾਰੇ ਗੱਲਬਾਤ ਕਰਾਂਗੇ ਜਿਹੜੇ ਗ੍ਰੈਜੂਏਟ ਨੇ ਆਲਰੇਡੀ ਇੱਥੇ, ਮਾਸਟਰਸ ਲਈ ਜਾਣਾ ਚਾਹੁੰਦੇ ਨੇ, ਕਿਸੇ ਸਪੈਸ਼ਲਾਈਜ਼ ਪ੍ਰੋਗਰਾਮ ਲਈ ਜਾਣਾ ਚਾਹੁੰਦੇ ਨੇ, ANM ਜਿਨ੍ਹਾਂ ਨੇ ਕੀਤੀ ਹੈ, GNM ਕੀਤੀ ਹੈ, ਜਿਨ੍ਹਾਂ ਨੇ BEd ਕੀਤੀ ਹੋਈ ਹੈ, ਨਰਸਿੰਗ ਕੀਤੀ ਹੋਈ ਹੈ, ਉਹਨਾਂ ਬੱਚਿਆਂ ਲਈ ਕੀ ਆਪਸ਼ਨ ਨੇ ਆਸਟ੍ਰੇਲੀਆ ਦੇ ਵਿੱਚ, ਚਾਹੇ ਤੁਹਾਡੀ ਆਰਟਸ ਬੈਕਗਰਾਊਂਡ ਆ, ਚਾਹੇ ਨੋਨ ਮੈਡੀਕਲ ਆ, ਚਾਹੇ ਮੈਡੀਕਲ ਆ, ਚਾਹੇ ਕਾਮਰਸ ਆ, ਉਹਨਾਂ ਬਾਰੇ ਕੀ ਆਪਸ਼ਨਸ ਨੇ, ਇਹਨਾਂ ਬਾਰੇ ਚਰਚਾ ਕਰਾਂਗੇ। ਸੋ ਵਰੁਣ ਜੀ, ਇਹ ਬੱਚੇ ਜਿਹੜੇ ਮੈਂ ਗੱਲ ਕਰ ਰਿਹਾ, ਗ੍ਰੈਜੂਏਟ ਬੱਚੇ ਨੇ, ANM, GNM, BEd, ਪੰਜਾਬ ਦੇ ਵਿੱਚ ਖਾਸ ਤੌਰ 'ਤੇ BEd ਔਰ ਨਰਸਿੰਗ ਵਾਲੇ ਬੱਚੇ ਬਹੁਤ ਵੱਡੀ ਗਿਣਤੀ 'ਚ ਬੈਠੇ ਨੇ। ਬਿਲਕੁਲ ਜੀ। ਪ੍ਰੋਬਲਮ ਕਿੱਥੇ ਆਉਂਦੀ ਹੈ? ਪ੍ਰੋਬਲਮ ਇਹ ਆਉਂਦੀ ਹੈ ਕਿ ਇੱਕ ਤਾਂ BEd ਵਾਲੇ ਬੱਚਿਆਂ ਨੂੰ ਫਿਰ ਵੀ ਤਨਖਾਹਾਂ ਅਕਾਊਂਟ 'ਚ ਮਿਲ ਜਾਂਦੀਆਂ, ANM, GNM ਵਾਲੇ ਨੂੰ ਕੈਸ਼ ਸੈਲਰੀਜ਼ ਮਿਲਦੀਆਂ, ਪਲੱਸ ਪੜ੍ਹਾਈ ਤੋਂ ਬਾਅਦ ਆਪਣਾ ਕੋਰਸ ਕੰਪਲੀਟ ਕਰਨ ਤੋਂ ਬਾਅਦ ਸਾਲ ਦੋ ਤਿੰਨ ਸਾਲ ਦਾ ਗੈਪ ਪੈ ਜਾਂਦਾ। ਕੀ ਇਹੋ ਜਿਹੇ ਬੱਚੇ ਨੂੰ ਆਸਟ੍ਰੇਲੀਆ ਇਨਵਾਈਟ ਕਰਦਾ? ਬਹੁਤ ਵਧੀਆ ਤਰੀਕੇ ਨਾਲ ਇਨਵਾਈਟ ਕਰਦਾ ਮਨੀਸ਼ ਜੀ, ਔਰ ਮਤਲਬ ਸਮਾਰਟ ਸਟੱਡੀ ਦੀ ਜਿਹੜੀ ਸਪੈਸ਼ਲਿਟੀ ਰਹੀ ਹੈ ਜੀ, ਉਹ ਇਸੇ ਵਿੱਚ ਹੀ ਰਹੀ ਹੈ, ਜਦਕਿ ਬੱਚੇ ਦੀ ਸੈਲਰੀ ਕੈਸ਼ ਦੇ ਵਿੱਚ ਨਹੀਂ ਹੈਗੀ, ਉਹ ਪਿਛਲੇ 3 ਸਾਲ ਤੋਂ 4 ਸਾਲ ਤੋਂ 5 ਸਾਲ ਤੋਂ ਈਵਨ ਕਿ 7 ਤੋਂ 8 ਸਾਲ ਤੱਕ ਵੀ ਤੁਸੀਂ ਜੋਬ ਕੀਤੀ ਹੈ ਅਗਰ ਤੁਹਾਡੀ ਸੈਲਰੀ ਕੈਸ਼ ਦੇ ਵਿੱਚ ਹੈ, ਤਾਂ ਵੀ ਕੋਈ ਘਬਰਾਉਣ ਦੀ ਲੋੜ ਨਹੀਂ, ਤਾਂ ਵੀ ਵੀਜ਼ਾ ਤੁਹਾਡਾ ਜ਼ਰੂਰ ਲੱਗੂਗਾ। ਰੀਸੈਂਟ ਬਹੁਤ ਸਾਰੇ ਵੀਜ਼ੇ ਲੱਗੇ ਆ ਜੀ, ਹੁਣ ਹਰਜਸ ਕੌਰ ਸੀ ਲੜਕੀ, ਹੋਰ 2-3 ਬੱਚਿਆਂ ਦੇ ਸੀ ਜਿਨ੍ਹਾਂ ਦੀ GNM 2013-14-15 ਦੇ ਵਿੱਚ ਪਾਸ ਆਊਟ ਸੀ, ਔਰ ਇਸ ਤੋਂ ਬਾਅਦ 6 ਬੈਂਡ ਸੀ, ਅਤੇ ਈਵਨ ਕਿ 6 ਬੈਂਡ ਦੇ ਵਿੱਚ ਬੱਚੇ ਨੂੰ ਨਾਲ ਐਲੀਕੋਸ ਲੱਗ ਕੇ ਅੱਗੇ ਬੈਚਲਰ ਡਿਗਰੀ ਲਈ ਉਹਨਾਂ ਦਾ ਵੀਜ਼ਾ ਅਪਲਾਈ ਕੀਤਾ, ਔਰ ਵੀਜ਼ੇ ਆ ਰਹੇ, ਇੱਦਾਂ ਦਾ ਕੋਈ ਮਤਲਬ ਘਬਰਾਉਣ ਦੀ ਲੋੜ ਨਹੀਂ। ਜੇ ਤੁਹਾਡੀ ਸੈਲਰੀ ਅਕਾਊਂਟ ਦੇ ਵਿੱਚ ਨਹੀਂ ਆਉਂਦੀ ਤਾਂ ਇਟ ਮੀਨਸ ਇਹ ਨਹੀਂ ਹੈਗਾ ਤੁਸੀਂ ਵੀਜ਼ਾ ਨਹੀਂ ਲੈ ਸਕਦੇ, ਤੁਸੀਂ ਜ਼ਰੂਰ ਜਾ ਸਕਦੇ ਹੋ ਅਗਰ ਤੁਹਾਡੀ ਸੈਲਰੀ ਕੈਸ਼ ਮਿਲਦੀ ਹੈ ਤੁਹਾਨੂੰ ਜੀ। ਸੋ ਹਰਸਿਮਰਨ ਜੀ, ਗੈਪ ਦੀ ਬਹੁਤ ਵੱਡੀ ਪ੍ਰੋਬਲਮ ਆ ਪੰਜਾਬ ਦੇ ਵਿੱਚ। 2012 ਜਾਂ 2013 ਦੇ ਵਿੱਚ ANM ਕਰ ਲਈ ਹੈ, GNM ਕਰ ਲਈ, ਉਸ ਤੋਂ ਬਾਅਦ ਕਿਸੇ ਹੋਸਪਿਟਲ ਨੂੰ ਜੁਆਇਨ ਕਰ ਲਿਆ, ਮਾਪਿਆਂ ਨੇ ਸੋਚਿਆ ਕਿ ਚਲੋ 2 ਸਾਲ ਬੱਚੇ ਨੇ ਪੈਸੇ ਕਮਾ ਲਏ, ਕੁੜੀ ਨੇ ਪੈਸੇ ਕਮਾ ਲਏ, ਉਹਦਾ ਵਿਆਹ ਕਰ ਦਿੱਤਾ, ਸਾਲ ਬਾਅਦ ਸਾਲ ਕੇ ਫਿਰ ਜੋਬ ਛੱਡ ਦਿੱਤੀ, ਫਿਰ ਸੋਚਿਆ ਕਿ ਨਹੀਂ ਹੁਣ ਕੰਮ ਕਰਨਾ ਚਾਹੀਦਾ, ਫਿਰ ਜਿਹੜੀ ਆ ਜੋਬ ਕੰਟੀਨਿਊ ਕਰ ਲਈ। ਸੋ ਟੁੱਟਵਾਂ ਜਿਹਾ ਐਕਸਪੀਰੀਅੰਸ ਆ, ਕਿ ਇਹੋ ਜਿਹੇ ਪ੍ਰੋਫਾਈਲ ਵਾਲੇ ਬੱਚੇ ਅਪਲਾਈ ਕਰ ਸਕਦੇ ਨੇ ਆਸਟ੍ਰੇਲੀਆ ਲਈ ਵਿਦ ਸਪਾਊਸ? ਮਨੀਸ਼ ਜੀ, ਬਿਲਕੁਲ ਕਰ ਸਕਦੇ ਆ। ਪਹਿਲੀ ਗੱਲ, ਜਿਹੜਾ ਤੁਸੀਂ ਗੈਪ ਦੀ ਗੱਲ ਕਰ ਰਹੇ ਹੋ, ਇਹਨੂੰ ਗੈਪ ਨਹੀਂ ਗਿਣਿਆ ਜਾਂਦਾ। ਜੇ ਬੱਚੇ ਨੇ ਜੋ ਵੀ ਜੈਨੂਨ ਕੀਤਾ ਉਹ ਆਪਣੇ ਪ੍ਰੋਫਾਈਲ 'ਚ ਦੱਸੇ, GT ਦੇ ਵਿੱਚ, ਜਿਵੇਂ ਆਪਾਂ ਲਾਸਟ ਟਾਈਮ ਵੀ ਸ਼ੋਅ 'ਚ ਗੱਲ ਕੀਤੀ ਸੀ GT ਬਾਰੇ, ਬੱਚਾ ਝੂਠ ਨਾ ਬੋਲੇ ਜੇ ਉਹਨੇ ਸੈਲਰੀ ਕੈਸ਼ ਆ ਰਹੀ ਹੈ, ਸੈਲਰੀ ਦੱਸੇ, ਤੁਸੀਂ ਗਿਆ ਘਰੇ ਫ੍ਰੀ, ਘਰਦਿਆਂ ਨੇ ਜੋਬ ਦਾ ਹਟਾਤਾ, ਮਾਹੌਲ ਸਹੀ ਨਹੀਂ ਸੀਗਾ, 6 ਮਹੀਨਾ ਬੱਚਾ ਘਰੇ ਬੈਠਾ ਰਿਹਾ, ਫਿਰ ਕਿਤੇ ਹੋਰ ਨੌਕਰੀ ਕਰ ਲਈ, ਕੰਪਨੀ ਤੋਂ ਸੈਲਰੀ ਕੈਸ਼ ਮਿਲ ਰਹੀ ਹੈ, ਉਹ ਤੁਹਾਡਾ ਬੱਚੇ ਨੇ ਐਕਸਪੀਰੀਅੰਸ ਲਿੱਤਾ, ਅਤੇ ਆਸਟ੍ਰੇਲੀਆ ਜਿਹੜੇ ਬੱਚਿਆਂ ਨੇ ਗ੍ਰੈਜੂਏਸ਼ਨ ਕੀਤੀ ਹੈ, ਉਸ ਤੋਂ ਬਾਅਦ ਜੇ ਉਹਦੇ ਕੋਲ ਐਕਸਪੀਰੀਅੰਸ ਹੈ ਤਾਂ ਉਹਨੂੰ ਵੈਲਕਮ ਕਰਦੇ ਆ, ਆਪਾਂ ਉਹਨੂੰ ਗੈਪ ਨਹੀਂ ਗਿਣ ਸਕਦੇ। ਉਹ ਬੱਚੇ ਦਾ ਪੋਜ਼ਿਟਿਵ ਪ੍ਰੋਫਾਈਲ ਹੈ, ਜਿੰਨਾ ਚਾਹੇ ਉਹਨੂੰ ਪੜ੍ਹਾਈ ਛੱਡੇ 4 ਸਾਲ ਹੋ ਗਏ, 5 ਸਾਲ ਹੋ ਗਏ। ਜੇ ਮੈਂ MBA ਦੀ ਗੱਲ ਕਰਾਂ ਤਾਂ MBA ਦੇ ਲਈ ਘੱਟੋ ਘੱਟ 3 ਸਾਲ ਦਾ ਤਜਰਬਾ ਜ਼ਰੂਰੀ ਹੈ। ਜੇ ਤੁਸੀਂ ਰੀਸੈਂਟ ਪਾਸ ਆਊਟ ਹੋ ਤਾਂ ਉੱਥੇ ਸਿੱਧਾ MBA ਲਈ ਨਹੀਂ ਜਾ ਸਕਦੇ, ਘੱਟੋ ਘੱਟ 3 ਸਾਲ ਦਾ ਐਕਸਪੀਰੀਅੰਸ ਜ਼ਰੂਰੀ ਹੈ। ਉਸੇ ਤਰ੍ਹਾਂ ਉਹ ਗੱਲ ਕਹਿੰਦੇ ਆ, ਬੱਚੇ ਨੇ ਕੁਝ ਸਿੱਖਿਆ, ਬਿਲਕੁਲ ਫਰੈਸ਼ਰ ਬੱਚਾ ਨਹੀਂ ਆ ਰਿਹਾ, ਉਹਨੂੰ ਨੌਲੇਜ ਪਤਾ,
ਕੀ ਗ੍ਰੈਜੂਏਟ ਬੱਚੇ ਸਿਰਫ MBA 'ਚ ਹੀ ਜਾ ਸਕਦੇ? ਨਹੀਂ ਮਨੀਸ਼ ਜੀ, ਬਿਲਕੁਲ, ਜੇ ਬੱਚੇ ਪ੍ਰੋਫਾਈਲ 'ਤੇ ਡਿਪੈਂਡ ਹੈ, ਜੇ ਬੱਚੇ ਨੇ BA ਕੀਤੀ ਹੈ ਤਾਂ ਉਹ ਬੈਚਲਰ ਆਫ ਮਾਸਟਰ ਆਫ ਹੋਸਪਿਟੈਲਿਟੀ ਜਾ ਸਕਦਾ ਹੈ, MBA ਲਈ ਜਾ ਸਕਦਾ ਹੈ, ਮਾਸਟਰ ਆਫ ਬਿਜ਼ਨਸ ਤੋਂ ਇਲਾਵਾ ਇੱਕ ਦੋ ਹੋਰ ਕੋਰਸਿਸ ਉਹਨਾਂ ਲਈ ਜਾ ਸਕਦਾ ਹੈ। ਬੱਚੇ ਨੇ IT ਕੀਤੀ ਹੈ, BCA ਕੀਤੀ ਤਾਂ ਅਸੀਂ ਉਹਨੂੰ ਮਾਸਟਰ ਆਫ IT ਭੇਜਾਂਗੇ, ਠੀਕ ਹੈ ਜੀ। ਉਸ ਹਿਸਾਬ ਨਾਲ ਜੇ ਬੱਚੇ ਨੇ ਮੈਡੀਕਲ ਕੀਤੀ ਹੈ ਤਾਂ ਉਹ ਮਾਸਟਰ ਆਫ ਹੈਲਥ ਸਾਇੰਸ ਜਾ ਸਕਦਾ ਹੈ, ਮਾਸਟਰ ਆਫ ਨਰਸਿੰਗ ਜਾ ਸਕਦਾ ਹੈ। ਬੱਚੇ ਦੇ ਪ੍ਰੋਫਾਈਲ ਦੇ ਅਕੋਰਡਿੰਗ ਹੈ, ਜੇ ਉਹਨਾਂ ਦੀ ਗ੍ਰੈਜੂਏਸ਼ਨ ਕਿਹੜੇ ਸਟਰੀਮ 'ਚ ਕੀਤੀ ਹੈ, ਜੇ BEd ਕੀਤੀ ਹੈ ਮਾਸਟਰ ਆਫ ਐਜੂਕੇਸ਼ਨ ਜਾ ਸਕਦਾ। ਐਵੇਂ ਦਾ ਕੁਛ ਨਹੀਂ ਕਿ ਬੱਚੇ ਨੂੰ ਹਰ ਇੱਕ ਬੱਚੇ ਨੂੰ MBA 'ਚ ਪਾ ਦਿਓ ਜੀ। ਸੋ ਵਰੁਣ ਜੀ, ਪੰਜਾਬ ਦੇ ਵਿੱਚ ਆਪਾਂ ਗੱਲ ਕਰ ਲਈਏ ਤਾਂ ਪਹਿਲਾਂ ਆਰਟਸ ਵਾਲੇ ਬੱਚੇ ਬਹੁਤ ਹੁੰਦੇ ਸੀ, ਖਾਸ ਕਰ ਪਿੰਡਾਂ ਦੇ ਬੱਚੇ ਜਿਨ੍ਹਾਂ ਨੇ ਸਿੱਧੀ ਗ੍ਰੈਜੂਏਸ਼ਨ ਕਰ ਲਈ, 12ਵੀਂ ਕੀਤੀ, ਉਹ ਤੋਂ ਬਾਅਦ ਸਿੰਪਲ BA ਕਰ ਲਈ, ਜਿਹਦੇ ਵਿੱਚ ਪੰਜਾਬੀ ਅਤੇ ਇੰਗਲਿਸ਼ ਤਾਂ ਕੰਪਲਸਰੀ ਹੈਗਾ ਹੈ, ਨਾਲ ਫਿਜ਼ੀਕਲ ਐਜੂਕੇਸ਼ਨ ਲੈ ਲਈ, ਕਿਸੇ ਨੇ ਹਿਸਟਰੀ ਲੈ ਲਈ, ਕਿਸੇ ਨੇ ਨਾਲ ਇਕਨੋਮਿਕਸ ਲੈ ਲਈ। ਹੁਣ ਕਿਤੇ ਨਾ ਕਿਤੇ ਬੱਚੇ ਅਵੇਅਰ ਹੋ ਰਹੇ ਨੇ, ਬੱਚਾ ਨਾਨ ਮੈਡੀਕਲ ਵੱਲ ਨੂੰ ਤੁਰ ਰਿਹਾ ਹੈ, ਬੈਚਲਰ ਆਫ ਸਾਇੰਸ ਵੱਲ ਨੂੰ ਤੁਰ ਰਿਹਾ। ਬਿਲਕੁਲ ਜੀ, ਆਰਟਸ ਵਾਲੇ ਬੱਚਿਆਂ ਦੀ ਗੱਲ ਕਰ ਲਈਏ, ਜਿਨ੍ਹਾਂ ਨੇ ਸਿੱਧੇ ਤੌਰ 'ਤੇ ਆਰਟਸ ਪਾਸ ਕੀਤੀ ਹੈ, BA ਪਾਸ ਕੀਤੀ ਹੈ, ਇਕਨੋਮਿਕ ਸਬਜੈਕਟ ਹੈਗਾ ਹੈ, ਨਾਲ ਪੋਲੀਟੀਕਲ ਸਾਇੰਸ ਆ, ਕਿਸੇ ਨੇ ਹੋਮ ਸਾਇੰਸ ਰੱਖ ਲਿਆ, ਕਿਸੇ ਨੇ ਫਿਜ਼ੀਕਲ ਐਜੂਕੇਸ਼ਨ ਰੱਖ ਲਿਆ, ਕੀ ਇਹੋ ਜਿਹੇ ਬੱਚਿਆਂ ਦੀ ਆਪਸ਼ਨਸ ਨੇ ਆਸਟ੍ਰੇਲੀਆ ਵਿੱਚ? ਮਨੀਸ਼ ਜੀ, BA ਕਰ ਲਈ ਕੋਈ ਗੁਨਾਹ ਨਹੀਂ ਕਰ ਲਿਆ, ਪਹਿਲੀ ਗੱਲ ਤਾਂ ਵੀ ਹੈ ਨਾ, ਕਿਉਂਕਿ BA ਦੇ ਵਿੱਚ ਵੀ ਜੇ ਤੁਸੀਂ ਹਿਸਟਰੀ ਪੜ੍ਹੀ ਆ, ਤੁਸੀਂ ਸੋਸ਼ੀਓਲੋਜੀ ਪੜ੍ਹੀ ਆ, ਤੁਸੀਂ ਇਕਨੋਮਿਕਸ ਹੈ। ਸੋ ਅਗਰ ਤੁਸੀਂ ਗੱਲ ਕੀਤੀ ਮਿਊਜ਼ਿਕ ਦੀ, ਫਿਜ਼ੀਕਲ ਐਜੂਕੇਸ਼ਨ ਦੀ, ਇੰਗਲਿਸ਼ ਸਬਜੈਕਟ ਦੇ ਨਾਲ ਸਾਨੂੰ ਇੱਕ ਹੋਰ ਮੇਜਰ ਸਬਜੈਕਟ ਚਾਹੀਦਾ, ਚਾਹੇ ਉਹ ਹਿਸਟਰੀ ਹੈ, ਚਾਹੇ ਉਹ ਪੋਲੀਟੀਕਲ ਹੈ। ਅਗਰ ਤੁਹਾਡੇ ਕੋਲ ਇੰਗਲਿਸ਼ ਤੋਂ ਇਲਾਵਾ ਇੱਕ ਹੋਰ ਸਬਜੈਕਟ ਹੈਗਾ ਮੇਜਰ, ਤਾਂ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ, ਕੋਈ ਵੀਜ਼ੇ ਦੇ ਵਿੱਚ ਦਿੱਕਤ ਨਹੀਂ ਹੈਗੀ। ਬਟ ਡਿਪੈਂਡ ਕਰਦਾ ਤੁਸੀਂ ਕਿਹੜੀ ਯੂਨੀਵਰਸਿਟੀ ਚੂਜ਼ ਕਰ ਰਹੇ ਹੋ, ਤੁਸੀਂ ਕਿਹੜਾ ਕੋਰਸ ਚੂਜ਼ ਕਰ ਰਹੇ ਹੋ, ਉਹ SOP ਤੁਸੀਂ ਕਿੱਦਾਂ ਬਣਾ ਰਹੇ ਹੋ, ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਜਦਕਿ ਇਹ ਨਹੀਂ ਮੈਟਰ ਕਰਦਾ ਵੀ ਹਾਂ ਵੀਜ਼ੇ BCA ਵਾਲਿਆਂ ਦੇ ਵੀ ਰਿਫਿਊਜ਼ ਹੁੰਦੇ ਆ, BSC ਮੈਡੀਕਲ ਵਾਲਿਆਂ ਦੇ ਵੀ ਰਿਫਿਊਜ਼ ਹੁੰਦੇ ਆ, BA ਵਾਲਿਆਂ ਦੇ ਵੀ ਰਿਫਿਊਜ਼ ਹੁੰਦੇ ਆ, ਬਟ BA ਕਰਕੇ ਰਿਫਿਊਜ਼ ਨਹੀਂ ਹੁੰਦੇ। BA ਦੇ ਨਾਲ ਨਾਲ ਤੁਸੀਂ ਆਪਣੀ GT, ਆਪਣੀ SOP ਕਿੱਦਾਂ ਤੁਸੀਂ ਪ੍ਰੈਜ਼ੈਂਟ ਕਰ ਰਹੇ ਹੋ ਹਾਈ ਕਮਿਸ਼ਨ ਨੂੰ, ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਜੀ। ਸੋ ਜਦੋਂ ਆਪਾਂ 12ਵੀਂ ਵਾਲੇ ਬੱਚਿਆਂ ਦੀ ਗੱਲ ਕੀਤੀ ਸੀ ਪਿਛਲੇ ਸ਼ੋਅ ਦੇ ਵਿੱਚ, ਤੁਸੀਂ ਕਿਹਾ ਕਿ ਸਟੇਟ ਬੋਰਡ ਤੋਂ ਪਾਸ ਬੱਚਾ ਹੈ ਅਤੇ 70% ਬੱਚਿਆਂ ਵਾਲੇ ਤੁਸੀਂ ਇਨਵਾਈਟ ਕਰ। ਬਿਲਕੁਲ ਜੀ, ਬਟ ਜੇ ਗ੍ਰੈਜੂਏਟ ਬੱਚਾ ਹੋਵੇ, ANM ਕੀਤੀ ਹੈ, GNM ਕੀਤੀ ਹੈ, ਗ੍ਰੈਜੂਏਸ਼ਨ ਕੀਤੀ ਹੈ, ਕਿੰਨੇ ਪਰਸੈਂਟ ਮਾਰਕਸ ਚਾਹੀਦੇ ਤੁਸੀਂ? ਮਨੀਸ਼ ਜੀ, ਪਹਿਲੀ ਗੱਲ ਤਾਂ ANM GNM ਵਾਲਾ ਬੱਚਾ ਆਸਟ੍ਰੇਲੀਆ 'ਚ ਬੈਚਲਰਸ ਲਈ ਜਾਂਦਾ ਹੈ, ਔਰ ਜਿਹੜੇ ਆਪਾਂ ਗੱਲ ਕਰੀਏ ਅਗਰ ਬੈਚਲਰ ਡਿਗਰੀ ਦੀ, ਤਾਂ ਸਾਨੂੰ 60% ਚਾਹੀਦੇ ਆ ਅੱਗੇ ਮਾਸਟਰਸ ਲਈ ਜਾਣਾ ਤੁਸੀਂ, ਤਾਂ 60% ਤੁਹਾਡੇ ਹੋਣੇ ਜ਼ਰੂਰੀ ਆ। ਅਗਰ ਤੁਸੀਂ ਰੀਸੈਂਟ ਪਾਸ ਆਊਟ ਹੋ, ਹਾਂ ਵੀ ਤੁਹਾਡੇ ਬੈਂਡ ਵੀ ਚੰਗੇ ਆ, 6.5 band ਆ ਜਾਂ ਤੁਹਾਡੇ 7 band ਆ, ਫਿਰ ਤੁਹਾਡੇ ਗ੍ਰੈਜੂਏਸ਼ਨ 'ਚੋਂ ਅਗਰ 55% ਵੀ ਆ ਤਾਂ ਵੀ ਤੁਸੀਂ ਅਸੈਪਟ ਆਊਟ ਹੋ, ਤੁਸੀਂ ਅੱਗੇ ਆਪਣਾ ਮਾਸਟਰ ਡਿਗਰੀ ਲਈ ਵੀਜ਼ਾ ਅਪਲਾਈ ਕਰ ਸਕਦੇ ਹੋ। ਅਗਰ ਤੁਹਾਡੀ ਗ੍ਰੈਜੂਏਸ਼ਨ 2012 ਦੇ ਵਿੱਚ 13 ਦੇ ਵਿੱਚ ਆ, ਤੁਹਾਡੇ ਨੰਬਰ ਵੀ 50-55% ਹੈ, ਬੈਂਡ ਵੀ ਤੁਹਾਡੇ 6 ਹੈ, ਸੋ ਉਹ ਪ੍ਰੋਫਾਈਲਸ ਲਈ ਥੋੜ੍ਹਾ ਮੁਸ਼ਕਿਲ ਹੈ, ਤਾਂ ਉਹ ਪ੍ਰੋਫਾਈਲ ਲਈ ਅਸੀਂ ਫਸਟ ਡਿਵੀਜ਼ਨ ਜਿਹੜੀ ਹੈ ਉਹ ਰਿਕੁਆਇਰਮੈਂਟ ਰੱਖੀ ਜੀ। ਸੋ ਜਦੋਂ ਵੀ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਨਾ ਜਾਂ ਕਿਸੇ ਵੀ ਮੁਲਕ ਦਾ ਵੀਜ਼ਾ ਅਪਲਾਈ ਕਰਨਾ, ਦੋ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਪੈਂਦਾ, ਤੁਹਾਡੇ ਅਕੈਡਮਿਕਸ ਕੀ ਕਹਿੰਦੇ ਨੇ ਔਰ ਤੁਹਾਡਾ ਆਇਲਸ ਦਾ ਸਕੋਰ ਕੀ ਕਹਿੰਦਾ ਹੈ। ਜੇ ਤੁਹਾਡਾ ਆਇਲਸ ਦਾ ਸਕੋਰ ਚੰਗਾ ਹੈ, 7-7.5 band ਹੈਗੇ ਨੇ, ਤਾਂ ਅਕੈਡਮਿਕਸ ਜੇ ਥੋੜ੍ਹੇ ਜਿਹੇ ਪਰਸੈਂਟੇਜ ਘੱਟ ਵੀ ਹੈ ਤਾਂ ਵੀ ਤੁਸੀਂ ਫਾਈਲ ਲਾ ਸਕਦੇ ਹੋ, ਵੀਜ਼ਾ ਚਾਂਸਿਸ ਬਣ ਜਾਂਦੇ ਨੇ। ਜੇ ਤੁਹਾਡੇ ਆਇਲਸ ਦਾ ਬੈਂਡ ਸਕੋਰ ਥੋੜ੍ਹਾ ਜਿਹਾ ਘੱਟ ਹੈ, ਤੁਹਾਡਾ ਅਕੈਡਮਿਕ ਬਹੁਤ ਜ਼ਿਆਦਾ ਸਟਰੋਂਗ ਹੋਣਾ ਚਾਹੀਦਾ। ਜੇ ਅਕੈਡਮਿਕ ਵੀ ਲੋ ਆ, ਆਇਲਸ ਵੀ ਲੋ ਆ, ਫਿਰ ਅਪਲਾਈ ਨਾ ਕਰੋ, ਵੀਜ਼ਾ ਰਿਫਿਊਜ਼ ਹੋ ਸਕਦਾ ਹੈ। ਬਿਲਕੁਲ, ਸੋ ਵੀਜ਼ਾ ਇੱਕ ਵਾਰ ਆਸਟ੍ਰੇਲੀਆ ਦਾ ਰਿਜੈਕਟ ਹੋ ਗਿਆ ਤਾਂ ਦੁਬਾਰਾ ਜਿਹੜਾ ਹੈ ਉਹ ਤੁਸੀਂ ਨਹੀਂ, ਦੁਬਾਰਾ ਤੁਸੀਂ ਚਾਹੇ 6.5 band ਲੈ ਲਓ, ਚਾਹੇ ਤੁਸੀਂ 7 band ਲੈ ਲਓ, ਅਗਰ ਤੁਹਾਡਾ ਵੀਜ਼ਾ 6 band ਦੇ ਉੱਤੇ ਰਿਫਿਊਜ਼ ਹੋ ਗਿਆ, ਸੋ ਦੁਬਾਰਾ ਜਿਹੜੀ ਆ ਵੀ ਆਫਰ ਲੈਟਰ COE ਜਨਰੇਟ ਕਰਾਉਣੀ ਬਹੁਤ ਜ਼ਿਆਦਾ ਮੁਸ਼ਕਿਲ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਐਵਰੀ 6 month ਬਾਅਦ ਤੁਹਾਡੀ ਕੰਟਰੀ ਦੇ ਲੈਵਲ ਵੀ ਚੇਂਜ ਹੁੰਦੇ ਆ, ਯੂਨੀਵਰਸਿਟੀਜ਼ ਦੇ ਵੀ ਜਿਹੜੇ ਆ ਉਹ ਲੈਵਲ ਚੇਂਜ ਹੁੰਦੇ ਆ, ਆਡਿਟ ਹੁੰਦਾ, ਸੋ ਕਦੇ ਵੀ ਕੋਈ ਵੀ ਯੂਨੀਵਰਸਿਟੀ ਆਸਟ੍ਰੇਲੀਆ ਦੇ ਵਿੱਚ ਪ੍ਰੈਫਰ ਹੀ ਨਹੀਂ ਕਰਦੀ ਜਦੋਂ ਤੱਕ ਤੁਹਾਡੇ ਬਹੁਤ ਜ਼ਿਆਦਾ ਪ੍ਰੋਫਾਈਲ ਬਹੁਤ ਵਧੀਆ ਸੀ, ਹੈ ਨਾ, ਸਡਨਲੀ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ, ਫੋਰ ਐਗਜ਼ਾਮਪਲ 7 band ਆ ਤੁਹਾਡੇ, 70%, 80%। ਕਈ ਵਾਰੀ ਵੀਜ਼ਾ ਕੰਸਲਟੈਂਟ ਨੂੰ ਉਹਨਾਂ ਦੀ GT ਨਹੀਂ ਚੰਗੀ ਤਰ੍ਹਾਂ ਪੇਸ਼ ਕਰਨੀ ਆਉਂਦੀ, GT ਦੇ ਡਾਕੂਮੈਂਟਸ ਨਹੀਂ ਪੂਰੇ ਭੇਜਦੇ, ਸੋ ਅਗਰ ਇੱਦਾਂ ਦਾ ਪ੍ਰੋਫਾਈਲ ਰਿਫਿਊਜ਼ ਹੁੰਦਾ ਤਾਂ ਸਿਰਫ ਤੁਸੀਂ ਰੀਲੌਜ ਕਰ ਸਕਦੇ ਹੋ। ਅਗਰ ਤੁਸੀਂ 5.5-6 band 'ਤੇ ਰਿਫਿਊਜ਼ ਕਰ ਲਿਆ, ਮੁੜ ਕੇ ਤੁਸੀਂ 6.5 band ਵੀ ਲੈ ਲਏ, ਤਾਂ ਵੀ ਤੁਹਾਡੇ ਵੀਜ਼ਾ ਦੇ ਜਿਹੜੇ ਚਾਂਸਿਸ ਆ ਬਹੁਤ ਜ਼ਿਆਦਾ ਲੋ ਨੇ। ਪਹਿਲੀ ਗੱਲ ਤੁਹਾਨੂੰ COE ਨਹੀਂ ਮਿਲਣੀ, ਅਗਰ COE ਮਿਲ ਗਈ ਤਾਂ ਦੁਬਾਰਾ ਅੱਗੇ ਵੀਜ਼ਾ ਜਿਹੜਾ ਹਾਈ ਕਮਿਸ਼ਨ ਤੋਂ ਲੈਣਾ ਬਹੁਤ ਟਫ ਹੈ, ਕਿਉਂਕਿ ਇਹ ਕੈਨੇਡਾ ਨਹੀਂ ਹੈਗਾ, ਤੁਸੀਂ ਆਪਣੀ ਇੱਕ ਆਫਰ ਲੈਟਰ ਦੇ 4 ਵਾਰੀ ਅਪਲਾਈ ਕਰ ਲਓ, 10 ਵਾਰੀ ਅਪਲਾਈ ਕਰ ਲਓ, ਇਹਦੇ ਵਿੱਚ ਤੁਹਾਨੂੰ ਹਰ ਟਾਈਮ ਆਪਣੀ ਜਿਹੜੀ ਆ ਕਾਲਜ ਯੂਨੀਵਰਸਿਟੀ ਦੇ ਵਿੱਚ COE ਜਿਹੜੀ ਆ ਉਹ ਨਵੀਂ ਜਨਰੇਟ ਕਰਾਉਣੀ ਪੈਂਦੀ ਆ ਜੀ। ਸੋ ਜਦੋਂ 12ਵੀਂ ਪਾਸ ਬੱਚਾ ਜਾਂ ਗ੍ਰੈਜੂਏਟ ਬੱਚਾ ਹੈ, ਉਹਦੇ ਮੰਨ ਕੇ ਚੱਲਦੇ ਹਾਂ ਕਿ 60% ਨੰਬਰ ਆ ਗਏ, ਆਇਲਸ ਦੇ ਵਿੱਚ ਉਹਦੇ 6 band ਰਹਿ ਗਏ, 1-5 ਰਹਿ ਗਏ, 5.5 band ਰਹਿ ਗਏ, ਕੰਸਲਟੈਂਟ ਨੇ ਕਹਿਤਾ ਕਿ ਆਪਣਾ ਪ੍ਰੋਫਾਈਲ ਨੂੰ ਥੋੜ੍ਹਾ ਜਿਹਾ ਚੰਗਾ ਕਰ ਲਾ, ਸੁਧਾਰ ਲਾ, ਆਇਲਸ ਇੰਪਰੂਵ ਕਰ ਲਾ। ਸੋ 12ਵੀਂ ਪਾਸ ਜਾਂ ਗ੍ਰੈਜੂਏਟ ਪਾਸ, ਜੋ ਵੀ ਤੁਹਾਡੇ ਰਿਕਾਰਡ ਆ ਉਹ ਤੁਹਾਡੇ ਮੱਥੇ 'ਤੇ ਲਿਖਿਆ ਗਿਆ, ਇੱਕ ਲਕੀਰ ਬਣ ਗਈ ਕਿ ਤੁਹਾਨੂੰ ਤੁਸੀਂ
ਨੂੰ ਆਪਾਂ ਨਹੀਂ ਵਧਾ ਸਕਦੇ ਔਰ ਆਇਲਸ ਦੇ ਉੱਤੇ ਹੀ ਆ ਅਗਰ ਹਾਈ ਕਮਿਸ਼ਨ ਨੂੰ ਆਪਣੀ ਫਾਈਲ ਜਾ ਰਹੀ ਹੈ ਐਟਲੀਸਟ ਤੁਹਾਡੇ ਬੈਂਡ ਚੰਗੇ ਹੋਣਗੇ 6.5 ਜਾਂ 7 ਤੁਹਾਡੇ +2 ਦੇ ਵਿੱਚ ਨਹੀਂ ਨੰਬਰ ਵਧੀਆ ਹੈਗੇ ਤੁਸੀਂ ਆਪਣੀ SOP ਦੇ ਵਿੱਚ ਉਹ ਰੀਜ਼ਨ ਦੇ ਸਕਦੇ ਹੋ ਮੇਰੇ ਕੈਮਿਸਟਰੀ 'ਚੋਂ ਘੱਟ ਕਿਉਂ ਰਹਿ ਗਏ ਮੇਰੇ ਮੈਥ 'ਚੋਂ ਕਿਉਂ ਘੱਟ ਰਹਿ ਗਏ ਸੋ ਇਹ ਚੀਜ਼ਾਂ ਆਪਾਂ ਐਕਸਪਲੇਨ ਕਰ ਸਕਦੇ ਹਾਂ ਅਗਰ ਆਪਾਂ ਆਇਲਸ ਦੇ ਵਿੱਚ ਵੀ ਐਵਰੇਜ ਹਾਂ ਅਕੈਡੈਮਿਕਸ ਦੇ ਵਿੱਚ ਵੀ ਆਪਾਂ ਐਵਰੇਜ ਹਾਂ ਸੋ ਵੀਜ਼ਾ ਗ੍ਰਾਂਟ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਜੀ ਸੋ ਹਰਸਿਮਰਨ ਜੀ ਬੀਐਡ ਵਾਲੇ ਬੱਚੇ ਬਹੁਤ ਨੇ ਪੰਜਾਬ ਦੇ ਵਿੱਚ ਬੈਚਲਰ ਆਫ ਐਜੂਕੇਸ਼ਨ ਕਰ ਲਈ ਸੋ ਕਾਲਜਾਂ ਵਿੱਚ ਲੱਗੇ ਹੋਏ ਨੇ ਸਕੂਲਾਂ ਵਿੱਚ ਲੱਗੇ ਨੇ 10-12 ਹਜ਼ਾਰ 'ਤੇ ਨੌਕਰੀ ਕਰ ਰਹੇ ਨੇ ਠੀਕ ਹੈ ਸੈਲਰੀ ਇਨ ਅਕਾਊਂਟ ਆ ਰਹੀ ਹੈ ਪਰ ਕਿਤੇ ਨਾ ਕਿਤੇ ਉਹਨਾਂ ਦਾ ਵੀ ਮਨ ਕਰਦਾ ਕਿ ਅਸੀਂ ਮਾਸਟਰ ਕੋਰਸ ਲਈ ਜਾਈਏ ਔਰ ਇੱਥੋਂ 10-12 ਹਜ਼ਾਰ ਤੋਂ ਛੁਟਕਾਰਾ ਪਾ ਕੇ ਕਿਉਂਕਿ ਸਰਕਾਰੀ ਨੌਕਰੀਆਂ ਮਿਲਦੀਆਂ ਨਹੀਂ ਪ੍ਰਾਈਵੇਟ 10-12 ਹਜ਼ਾਰ ਤੋਂ ਵੱਧ ਮਿਲਦੇ ਨਹੀਂ ਉਹਨਾਂ ਨੂੰ ਲੱਗਦਾ ਕਿ ਅਸੀਂ 2-3 ਸਾਲ ਦਾ ਐਕਸਪੀਰੀਅੰਸ ਕਰ ਲਿਆ ਹੁਣ ਅਸੀਂ ਆਸਟ੍ਰੇਲੀਆ ਪੜ੍ਹਨ ਜਾਈਏ ਸੋ ਬੀਐਡ ਵਾਲੇ ਬੱਚੇ ਨੇ ਕੀ ਆਪਸ਼ਨ ਨੇ ਆਸਟ੍ਰੇਲੀਆ 'ਚ ਵੇਖੋ ਬੀਐਡ ਵਾਲੇ ਮੈਂ ਤੁਹਾਨੂੰ ਹੁਣੇ ਵੀ ਦੱਸਿਆ ਸੀ ਮਾਸਟਰ ਆਫ ਐਜੂਕੇਸ਼ਨ ਲਈ ਬੱਚਾ ਜਾ ਸਕਦਾ ਹੈ ਅਤੇ ਮਨੀਸ਼ ਜੀ ਤੁਸੀਂ ਆਪ ਇਹ ਦੇਖ ਕੇ ਹੈਰਾਨ ਹੋ ਗਏ ਸਾਡਾ ਜਿਹੜਾ ਮਾਸਟਰ ਆਫ ਐਜੂਕੇਸ਼ਨ ਦਾ ਸਕਸੈਸ ਰੇਟ ਹੈ ਮੋਰ ਦੈਨ 98% ਹੈ ਜੇ ਅਸੀਂ 100 ਫਾਈਲਾਂ ਲਾ ਰਹੇ ਤਾਂ ਸੋਚ ਸ਼ਾਇਦ ਇੱਕ ਅੱਧੀ ਕਿਸੇ ਰੀਜ਼ਨ ਕਰਕੇ ਰਿਫਿਊਜ਼ ਹੋ ਜਾਂਦੀ ਹੈ ਮੋਸਟਲੀ ਏਜੰਟਸ ਕੀ ਕਰਦੇ ਆ ਕਾਲਜ ਦੇ ਵਿੱਚ ਉਹਨੂੰ MBA ਪਾ ਦਿੰਦੇ ਆ ਅਸੀਂ ਉਹਨਾਂ ਨੂੰ ਮਾਸਟਰ ਆਫ ਐਜੂਕੇਸ਼ਨ 'ਚ ਪਾਉਂਦੇ ਹਾਂ ਯੂਨੀਵਰਸਿਟੀ ਪਾਉਂਦੇ ਹਾਂ ਸੇਮ ਰੈਲੀਵੈਂਸੀ ਹੈ ਜਿਵੇਂ ਤੁਸੀਂ ਕਿਹਾ 2-3 ਸਾਲ ਦਾ ਐਕਸਪੀਰੀਅੰਸ ਲਿਖਤਾ ਕਿਉਂਕਿ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਹੁੰਦੀ ਹੈ ਤੁਸੀਂ 2-3 ਸਾਲ ਨੌਕਰੀ ਕੀਤੀ ਹੈ ਜੇ ਤੁਸੀਂ 2-3 ਸਾਲ ਜੋਬ ਕੀਤੀ ਹੈ ਚਾਹੇ ਤੁਹਾਡੀ ਸੈਲਰੀ ਕੈਸ਼ ਆ ਰਹੀ ਹੈ ਅਕਾਊਂਟ 'ਚ ਨਹੀਂ ਹੈਗੀ ਤਾਂ ਵੀ ਤੁਸੀਂ ਜਾ ਸਕਦੇ ਹੋ 6 ਬੈਂਡ ਦੇ ਨਾਲ ਜਾ ਸਕਦੇ ਹੋ ਵਿਦ ਐਲੀਕੋਸ ਤੇ ਚਾਹੇ 1-5 ਤਾਂ ਵੀ ਤੁਸੀਂ ਉਹਦੇ ਲਈ ਕਿਉਂਕਿ ਮੈਨੂੰ ਬਿਲਕੁਲ ਯਾਦ ਨਹੀਂ ਹੈ ਜੀ ਜਿਵੇਂ ਹਰਸਿਮਰਨ ਭਾਈ ਨੇ ਕਿਹਾ 98% ਮੈਨੂੰ ਨਹੀਂ ਲੱਗਦਾ MED ਦੇ ਵਿੱਚ ਕੋਈ ਵੀ ਸਾਡਾ ਬੱਚਾ ਰਿਫਿਊਜ਼ ਹੋਇਆ ਪਿਛਲੇ ਦਿਨੀ ਜੇ ਕੋਈ ਹੋਇਆ ਹੋਊਗਾ ਤਾਂ ਬਹੁਤ ਰੇਅਰ ਚਾਂਸ ਹੀ ਹੈ ਵੀ ਕਿਉਂਕਿ ਜਿੰਨੇ ਵੀ ਪਿਛਲੇ ਮੈਂ ਗੱਲ ਕਰਾਂ 20-30-40-50 ਕੇਸ ਦੀ ਮੈਂ ਗੱਲ ਕਰਾਂ 2-3 ਸਾਲ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਇੱਕ ਅੱਧਾ ਮਾਸਟਰ ਆਫ ਐਜੂਕੇਸ਼ਨ ਹੋਇਆ ਹੋਊਗਾ MBA ਜ਼ਰੂਰ ਰਿਫਿਊਜ਼ ਹੁੰਦੇ ਆ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਸਾਡੀ ਕੰਪਨੀ ਸਕਸੈਸ ਰੇਟ 80-90 ਡਿਪੈਂਡ ਹੈ ਹਾਈ ਕਮਿਸ਼ਨ ਦੇ ਕੋਟਾ ਕਿਵੇਂ ਆ ਉਹਦੇ 'ਤੇ ਵੇਰੀ ਕਰਦੀ ਹੈ ਸੋ ਲੇਕਿਨ ਜੇ ਆਪਾਂ ਪਰਟੀਕੁਲਰ ਮਾਸਟਰ ਆਫ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਸੋਚੋ ਸ਼ਾਇਦ ਇੱਕ ਅੱਧਾ ਵੀਜ਼ਾ ਪਿਛਲੇ 2-3 ਸਾਲ 'ਚ ਰਿਫਿਊਜ਼ ਹੋਏਗਾ ਅਦਰਵਾਈਜ਼ ਮਾਸਟਰ ਆਫ ਐਜੂਕੇਸ਼ਨ ਬਹੁਤ ਵਧੀਆ ਚਾਂਸ ਹੈ ਬੱਚਿਆਂ ਲਈ ਜਿਹੜੇ ਆਪਣਾ ਸੁਪਨਾ ਆਸਟ੍ਰੇਲੀਆ ਜਾ ਕੇ ਪੂਰਾ ਕਰਨਾ ਚਾਹੁੰਦੇ ਜੀ ਸੋ ਐਟਲੀਸਟ ਉਹ ਬੱਚੇ ਜਿਨ੍ਹਾਂ ਨੇ ਬੀਐਡ ਕੀਤੀ ਹੈ ਪੰਜਾਬ ਦੇ ਵਿੱਚ ਉਹ ਅਗਰ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ ਤਾਂ ਬਹੁਤ ਸੋਹਣੀ ਖਬਰ ਇਹ ਹੈ ਕਿ ਕਰੀਬ ਪਿਛਲੇ 2-3 ਸਾਲਾਂ ਤੋਂ ਜਿਵੇਂ ਦੱਸਿਆ ਕਿ ਨੋਟ ਈਵਨ ਅ ਸਿੰਗਲ ਵੀਜ਼ਾ ਰਿਫਿਊਜ਼ ਨਹੀਂ ਹੋਇਆ ਤੁਸੀਂ ਮਾਸਟਰਸ ਕੋਰਸ ਲਈ ਜਾਣਾ ਚਾਹੁੰਦੇ ਹੋ ਤੁਸੀਂ ਬੀਐਡ ਕੀਤੀ ਹੋਈ ਹੈ ਤਾਂ ਤੁਸੀਂ ਸਮਾਰਟ ਸਟੱਡੀ ਨੂੰ ਸੰਪਰਕ ਕਰ ਸਕਦੇ ਹੋ ਅਪਰੋਚ ਕਰ ਸਕਦੇ ਹੋ ਬੀਐਡ ਤੋਂ ਬਾਅਦ ਤੁਹਾਡਾ ਸਾਲ 2 ਸਾਲ 3 ਸਾਲ 4 ਸਾਲ ਦਾ ਵੀ ਗੈਪ ਹੈਗਾ ਹੈ ਕੋਈ ਪ੍ਰੋਬਲਮ ਨਹੀਂ ਹੈ ਡਜ਼ਨਟ ਮੈਟਰ ਤੁਸੀਂ ਅਪਲਾਈ ਕਰ ਸਕਦੇ ਹੋ ਤੁਹਾਡੀ ਸੈਲਰੀ ਨੇ ਅਕਾਊਂਟ ਆਉਂਦੀ ਹੈ ਵੈਲ ਐਂਡ ਗੁੱਡ ਨਹੀਂ ਅਕਾਊਂਟ ਆਉਂਦੀ ਕੈਸ਼ ਆਉਂਦੀ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਪ੍ਰੋਗਰਾਮ ਦੇ ਆਗਾਜ਼ ਵਿੱਚ ਸ਼ੁਰੂਆਤ ਵਿੱਚ ਮੈਂ ਕਹਿਤਾ ਸੀ ਕਿ ਸਿਰਫ ਉਹੀ ਕੇਸ ਪੜਨਗੇ ਜਿਨ੍ਹਾਂ 'ਤੇ ਵੀਜ਼ੇ ਆਉਣ ਦੀ ਉਮੀਦ ਹੋਵੇਗੀ ਕਿਉਂਕਿ ਪੈਸਾ ਖੁਦ ਇਨਵੈਸਟ ਕਰਦੇ ਨੇ ਤੁਹਾਡੇ ਕੋਲ ਪੈਸਾ ਉਦੋਂ ਲੈਂਦੇ ਨੇ ਜਦੋਂ ਵੀਜ਼ਾ ਲੱਗ ਜਾਂਦਾ ਹੈ ਸੋ ਵੀਜ਼ਾ ਲੱਗਣ ਤੋਂ ਪਹਿਲਾਂ ਕੋਈ ਤੁਸੀਂ ਪੈਸਾ ਇਹਨਾਂ ਨੂੰ ਨਹੀਂ ਦਿੰਦੇ ਸ਼ਾਇਦ ਇੱਕ ਅੰਬੈਸੀ ਫੀਸ ਮੇਰੇ ਖਿਆਲ ਵਿੱਚ ਬਿਲਕੁਲ ਜੀ ਬਿਲਕੁਲ ਬੱਚਿਆਂ ਨੂੰ ਚਾਰਜ ਕਰਦੇ ਹੋ ਬਿਲਕੁਲ ਅੰਬੈਸੀ ਫੀਸ ਵੀ ਜਿਹੜੀ ਹੈ ਜੀ ਬੱਚੇ ਦੀ ਅਸੀਂ ਉਹਦੇ ਤੋਂ ਕਾਰਡ ਡਿਟੇਲ ਲੈ ਲੈਂਦੇ ਹਾਂ ਔਰ ਬੱਚੇ ਦੇ ਕਾਰਡ ਦੇ ਵਿੱਚੋਂ ਹੀ ਕੱਟੀ ਜਾਂਦੀ ਆ ਅੰਬੈਸੀ ਫੀਸ ਔਰ ਬੱਚੇ ਨੂੰ ਇਹਦੇ 'ਚ ਕਲੈਰਿਟੀ ਹੁੰਦੀ ਆ ਵੀ ਮੇਰਾ 28,000 ਕੱਟਿਆ ਗਿਆ ਮੇਰਾ 31,000 ਕੱਟਿਆ ਗਿਆ ਔਰ ਬੱਚੇ ਨੂੰ ਪਤਾ ਚੱਲਦਾ ਵੀ ਮੇਰੀ ਅੱਜ ਫਾਈਲ ਲੱਗ ਗਈ ਕਿਉਂਕਿ ਮੋਸਟਲੀ ਤਾਂ ਬੱਚਿਆਂ ਨੂੰ ਪੈਸਾ ਲੈਣਾ ਵੀ ਚਾਹੀਦਾ ਕਿਉਂਕਿ ਬੱਚੇ ਨੂੰ ਲੱਗਦਾ ਹੀ ਨਹੀਂ ਜੇ ਪੈਸਾ ਨਾ ਹੋਵੇ ਮੇਰੀ ਫਾਈਲ ਲੱਗ ਗਈ ਬਿਲਕੁਲ ਬਿਲਕੁਲ ਦੇਖੋ ਅੰਬੈਸੀ ਫੀਸ ਆ ਬੱਚੇ ਨੇ ਉਹ ਪੇ ਕਰਨੀ ਹੈ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀਜ਼ੇ ਤੋਂ ਬਾਅਦ ਪੇ ਕਰਨੀਆਂ ਕਿਉਂਕਿ ਆਪਣੇ ਚੀਜ਼ਾਂ ਦੇ ਵਿੱਚ ਕੀ ਹੁੰਦਾ ਆਸਟ੍ਰੇਲੀਆ ਦੇ ਵਿੱਚ ਲੋਕਾਂ ਤੋਂ ਫੰਡ ਦੇ ਪੈਸੇ ਜਿਹੜੇ ਆ 1.5-2 ਲੱਖ ਉਹ ਲੈ ਲਿੱਤੇ ਜਾਂਦੇ ਆ ਔਰ ਕਈ ਵਾਰੀ ਕੀ ਹੁੰਦਾ ਬੱਚੇ ਤੋਂ ਕੈਸ਼ ਫੀਸਾਂ ਲੈ ਲਿੱਤੀਆਂ ਜਾਂਦੀਆਂ ਔਰ ਉਹ ਅੱਗੇ ਜਿਹੜੀਆਂ 2 ਮਹੀਨੇ ਬਾਅਦ 4 ਮਹੀਨੇ ਬਾਅਦ ਭਰਾਈਆਂ ਜਾਂਦੀਆਂ ਕਈ ਵਾਰ ਉਹ ਚੀਜ਼ਾਂ ਫੀਸਾਂ ਅੱਗੇ ਜਾਂਦੀਆਂ ਵੀ ਨਹੀਂ ਔਰ ਬੱਚੇ ਨੂੰ ਫੇਕ ਰਿਫਿਊਜ਼ਲ ਲੈਟਰ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਜਾਂਦੀ ਆ ਔਰ ਇੱਕ ਚੀਜ਼ ਉੱਤੇ ਮਨੀਸ਼ ਭਾਜੀ ਮੈਂ ਅੱਜ ਦੱਸਣਾ ਚਾਹੂੰਗਾ ਮੰਚ ਉੱਤੇ ਵੀ ਅੱਜ ਦੇ ਜਿਹੜਾ ਟਾਈਮ ਹੈ ਜੀ ਆਸਟ੍ਰੇਲੀਆ ਦੇ ਵਿੱਚ ਉਹ ਬੱਚਿਆਂ ਨਾਲ ਬਹੁਤ ਤਰ੍ਹਾਂ ਦੀ ਠੱਗੀ ਹੋ ਰਹੀ ਆ ਰੀਸੈਂਟ ਮੈਨੂੰ ਹੁਣ ਜਿਹੜਾ ਲਾਸਟ ਵੀਕ ਮੈਨੂੰ ਇੱਕ ਬੱਚਾ ਆ ਕੇ ਮਿਲਿਆ ਉਹ ਮੈਨੂੰ ਕਹਿੰਦਾ ਸਰ ਮੇਰੀ ਫਾਈਲ ਲੱਗੀ ਹੈ ਜੀ ਫਲਾਣੇ ਏਜੰਟ ਤੋਂ ਔਰ ਅੱਜ ਮੈਨੂੰ ਉਹਦਾ ਫੋਨ ਆਇਆ ਵੀ ਮੇਰੀ ਅੰਬੈਸੀ ਦੇ ਵਿੱਚ ਸੈਟਿੰਗ ਹੈ ਵੀ ਮੈਂ ਤੇਰਾ ਵੀਜ਼ਾ ਕਢਾ ਦਿੰਦਾ ਵੀ ਤੇਰਾ 4-5 ਲੱਖ ਦਾ ਖਰਚਾ ਲੱਗੂਗਾ ਜਦੋਂ ਮੈਂ ਉਹਨੂੰ ਪੁੱਛਿਆ ਵੀ ਹਾਂ ਵੀ ਤੇਰੇ ਕੋਲ ਆਪਣੀ ਐਕਨੋਲਜਮੈਂਟ ਹੈਗੀ ਆ ਤੇ ਕਹਿੰਦਾ ਹਾਂਜੀ ਮੇਰੇ ਕੋਲ ਆਪਣੀ ਐਕਨੋਲਜਮੈਂਟ ਹੈਗੀ ਆ ਜਦੋਂ ਮੈਂ ਇੰਪੋਰਟ ਕਰਕੇ ਉਦੋਂ ਦੇਖਿਆ ਤਾਂ ਮੇਰੀ ਅੱਖਾਂ ਜਿਹੜੀਆਂ ਸੀਗੀਆਂ ਜੇ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਬੱਚੇ ਦਾ ਵੀਜ਼ਾ ਆਲਰੇਡੀ ਗ੍ਰਾਂਟ ਹੋ ਚੁੱਕਾ ਸੀਗਾ ਇਸ ਤੋਂ ਬਾਅਦ ਜਿਹੜੀ ਗੇਮ ਚਲਾਈ ਜਾਂਦੀ ਹੈ ਵੀ ਵੀਜ਼ਾ ਆ ਗਿਆ ਕਿਉਂਕਿ ਵੀਜ਼ਾ ਆਨਲਾਈਨ ਆਉਂਦਾ ਔਰ ਬੱਚੇ ਤੋਂ ਜਿਹੜਾ ਇਸ ਤੋਂ ਬਾਅਦ ਜਿਹੜਾ ਕੁਝ ਕੁ ਏਜੰਟਾਂ ਵੱਲੋਂ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕੁਝ ਕੁ ਏਜੰਟਾਂ ਵੱਲੋਂ ਬੱਚੇ ਨੂੰ ਫੋਨ ਕੀਤਾ ਜਾਂਦਾ ਵੀ ਤੇਰਾ ਜਿਹੜਾ ਹੈਗਾ ਵੀ ਵੀਜ਼ੇ ਅੱਜ ਕੱਲ੍ਹ ਜਿਵੇਂ ਮਾਰਕੀਟ ਦੇ ਵਿੱਚ ਨਿਊਜ਼ ਆ ਆਸਟ੍ਰੇਲੀਆ ਦੇ ਵੀਜ਼ੇ ਨਹੀਂ ਆ ਰਹੇ ਔਰ ਇਹ ਚੀਜ਼ਾਂ ਦਾ ਜਿਹੜਾ ਫਾਇਦਾ ਉਹ ਪੰਜਾਬ ਦੇ ਜਿਹੜੇ ਏਜੰਟਸ ਆ ਉਹ ਚੁੱਕ ਰਹੇ ਆ ਔਰ
ਸਕਦੇ ਹੋ ਤੁਹਾਡੀ ਫਾਈਲ ਦਾ ਸਟੇਟਸ ਕਿੱਥੇ ਖੜਾ ਜੀ ਸੋਰਨ ਭਾਜੀ ਮੈਂ ਤੁਹਾਡੇ ਇੱਥੇ ਗੱਲ ਨੂੰ ਅੱਗੇ ਕੰਟੀਨਿਊ ਕਰ ਰਿਹਾ ਜਿਵੇਂ ਕਿ ਹੁਣ ਕਈ ਵਾਰੀ ਕੀ ਹੁੰਦਾ ਜਿਵੇਂ ਭਾਜੀ ਨੇ ਦੱਸਿਆ ਵੀਜ਼ਾ ਗ੍ਰਾਂਟ ਹੋ ਜਾਂਦਾ ਸਮ ਟਾਈਮ ਕੀ ਹੁੰਦਾ ਕਈ ਏਜੰਟਸ ਇੰਸ਼ੋਰੈਂਸ ਉੱਥੇ ਨਹੀਂ ਅਪਲੋਡ ਕਰਦੇ ਜਦੋਂ ਵੈਸੇ ਇੰਸ਼ੋਰੈਂਸ ਮੰਗਦੀ ਹੈ ਇਟ ਮੀਨਸ ਉਹਨਾਂ ਨੇ ਵੀਜ਼ਾ ਦੇਣਾ ਹੁੰਦਾ ਅਸੀਂ ਤਾਂ ਪਹਿਲੇ ਦਿਨ ਅਪਲੋਡ ਕਰਦੇ ਹਾਂ ਕਈ ਹੁਣ ਅੰਦਾ ਇੰਸ਼ੋਰੈਂਸ ਪੈਸੇ ਜਮ੍ਹਾਂ ਨਹੀਂ ਕਰਾਉਂਦੇ ਜੇ ਅੰਬੈਸੀ ਨੇ ਵੀਜ਼ਾ ਦੇਣਾ ਹੋਵੇ ਮੰਗੇਗਾ ਫਿਰ ਅਸੀਂ ਪੈਸੇ ਜਮ੍ਹਾਂ ਕਰਾ ਦਾਂਗੇ ਕਿਉਂਕਿ ਵੀਜ਼ਾ ਛੇਵਟੀ ਆ ਜਾਊਗਾ ਇਸ ਕਰਕੇ ਤੁਸੀਂ ਉਹਨਾਂ ਜੇ ਤੁਹਾਨੂੰ ਕੋਈ ਐਵੇਂ ਏਜੰਟ ਕਹਿੰਦਾ ਜੀ ਮੇਰੇ ਤੋਂ ਛੇਵਟੀ ਆ ਜੀ ਮੈਂ ਵੀਜ਼ਾ ਦਵਾ ਦੂੰ 4-5 ਲੱਖ ਲਊਂਗਾ ਜੀ ਐਕਸਟਰਾ ਇੱਕ ਵਾਰੀ ਜ਼ਰੂਰ ਸਾਨੂੰ ਆ ਕੇ ਮਿਲੋ ਆਪਣੀ ਐਕਨੋਲੇਜਮੈਂਟ ਕਿਉਂਕਿ ਹਰਸਿਮਰਨ ਭਾਅ ਜੀ ਥੋੜ੍ਹਾ ਟੈਕਨੀਕਲ ਜ਼ਿਆਦਾ ਰਹਿੰਦੇ ਆ ਹੈ ਨਾ ਅਤੇ ਅੱਜ ਬੜੀ ਦੇਰ ਬਾਅਦ ਮੈਂ ਉਹਨਾਂ ਨੂੰ ਅੱਗੇ ਲੈ ਗਏ ਹਾਂ ਵੀ ਨਾਲ ਵੀ ਤੁਸੀਂ ਆਓ ਕਿਉਂਕਿ ਜਿਹੜੇ ਆ ਵੀ ਨੈਕਸਟ ਜਿਹੜੇ ਸ਼ਡਿਊਲ ਆ ਉਹ ਸਾਰੇ ਬਿਜ਼ੀ ਨੇ ਸੋ ਵੀ ਤੁਸੀਂ ਵੀ ਅੱਗੇ ਆ ਕੇ ਜਿਹੜੀ ਆ ਵੀ ਸਟੂਡੈਂਟ ਨਾਲ ਇਨਫੋਰਮੇਸ਼ਨ ਜਿਹੜੀ ਆ ਉਹ ਸ਼ੇਅਰ ਕਰੋ ਕਿਉਂਕਿ ਇਹ ਚੀਜ਼ਾਂ ਨੇ ਜਦੋਂ ਹਾਈ ਕਮਿਸ਼ਨ ਨੇ ਕੋਈ ਵੀ ਤੁਹਾਡੇ ਤੋਂ ਰਿਕੁਐਸਟ ਮੰਗ ਲਈ ਉਹ ਤੁਹਾਡਾ ਵੀਜ਼ਾ ਹੀ ਆ ਹੈ ਨਾ ਸੋ ਉਹਦੇ ਵਿੱਚ ਵੀ ਜਿਹੜਾ ਤੁਸੀਂ ਆਪਣਾ ਇਮੀ ਅਕਾਊਂਟ ਦੇ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਤੁਸੀਂ ਸਾਵਧਾਨ ਰਹੋ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਅੱਜ ਦੇ ਟਾਈਮ ਦੇ ਵਿੱਚ ਬੱਚਿਆਂ ਨੂੰ ਫੋਨ ਕਰਕੇ ਉਹਨਾਂ ਤੋਂ ਪੈਸੇ ਲਿੱਤੇ ਜਾ ਰਹੇ ਆ ਜੀ ਸੋ ਨੰਬਰ ਇਸ ਕਰਕੇ ਟੀ ਵੀ ਸਕਰੀਨ 'ਤੇ ਵਾਰ ਵਾਰ ਚਲਾਉਂਦੇ ਹਾਂ ਕਿ ਘਰ ਬੈਠੇ ਤੁਸੀਂ ਪਤਾ ਕਰ ਸਕੋ ਕਿ ਤੁਹਾਡਾ ਪ੍ਰੋਫਾਈਲ ਐਲੀਜੀਬਲ ਹੈਗਾ ਵੀ ਆ ਕਿ ਨਹੀਂ 7385 7385 ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ ਜੇਕਰ ਤੁਸੀਂ ਆਸਟ੍ਰੇਲੀਆ ਜਾਣ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ ਕਿਸੇ ABC ਕੰਸਲਟੈਂਟ ਕੋਲ ਆਲਰੇਡੀ ਅਪਲਾਈ ਕੀਤਾ ਹੈ ਤੁਹਾਡੀ ਆਫਰ ਲੈਟਰ ਨਹੀਂ ਆ ਰਹੀ ਤੁਹਾਡੀ CO ਹੀ ਨਹੀਂ ਆ ਰਹੀ ਤੁਹਾਡਾ ਜਿਵੇਂ ਇਹਨਾਂ ਨੇ ਦੱਸਿਆ ਕਿ ਫੋਨ ਕਰਕੇ ਕਿਹਾ ਜਾ ਰਿਹਾ ਕਿ ਸਾਡੀ ਸੈਟਿੰਗ ਆ ਅਤੇ ਸੈਟਿੰਗ ਪੈਸੇ ਅਸੀਂ ਬਾਅਦ 'ਚ ਲੈ ਲਾਂਗੇ 4-5 ਲੱਖ ਰੁਪਏ ਵੱਧ ਦੇ ਦਿਓ ਅਸੀਂ ਏਜੰਡਾ ਅੰਦਰ ਸੈਟਿੰਗ ਕੀਤੀ ਹੋਈ ਹੈ ਅਲਟੀਮੇਟਲੀ ਜਦੋਂ ਇਹੋ ਜਿਹੀ ਫੋਨ ਕਾਲ ਆਉਂਦੀ ਹੈ ਦੈਟ ਮੀਨਸ ਤੁਹਾਡਾ ਆਲਰੇਡੀ ਵੀਜ਼ਾ ਜਿਹੜਾ ਆਲਰੇਡੀ ਵੀਜ਼ਾ ਅਪਰੂਵ ਹੋਇਆ ਹੁੰਦਾ ਹੈ ਤਾਂ ਹੀ ਤੁਹਾਨੂੰ ਫੋਨ ਕੀਤੇ ਜਾਂਦੇ ਤਾਂ ਵੱਧ ਜਿੰਨਾ ਪੈਸਾ ਮਿਲਦਾ ਲੈ ਲਓ ਸੋ ਇਹੋ ਜਿਹੇ ਕੇਸ ਦੇ ਵਿੱਚ ਕੋਈ ਵੀ ਤੁਹਾਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਤੁਸੀਂ ਇੱਕ ਜਿਹੜਾ ਟੋਲ ਫਰੀ ਨੰਬਰ ਹੈ 7385 7385 ਇਸ ਨੰਬਰ 'ਤੇ ਕਾਲ ਕਰ ਸਕਦੇ ਹੋ ਜਾਣਕਾਰੀ ਹਾਸਲ ਕਰ ਸਕਦੇ ਹੋ ਆਸਟ੍ਰੇਲੀਆ ਜਾਂ ਕਿਸੇ ਵੀ ਮੁਲਕ ਸੰਬੰਧੀ ਸੋ ਇੱਕ ਸਵਾਲ ਹੋਰ ਵਰਨ ਜੀ ਪੁੱਛਣਾ ਚਾਹਾਂਗੇ ਆਲਰੇਡੀ ਅਸੀਂ ਕਹਿ ਰਹੇ ਹਾਂ ਕਿ ਜਿਹੜਾ ਗ੍ਰੈਜੂਏਟ ਬੱਚਾ ਹੈ ਉਹ ਮਾਸਟਰ ਕੋਰਸ ਲਈ ਜਾ ਰਿਹਾ ਇਹ ਤੋਂ ਪੰਜਾਬ ਦੇ ਵਿੱਚ ਮਾਸਟਰਸ ਵੀ ਬਹੁਤ ਆਮ ਹੀ ਹੋ ਗਈ ਅੱਜ ਕੱਲ੍ਹ ਇੱਕ ਬੱਚਾ ਹੈ ਪਿੰਡ ਦੀ ਕੁੜੀ ਹੈ ਤਾਂ ਉਹਨੂੰ ਇਹ ਕਿਹਾ ਜਾਂਦਾ ਕਿ ਤੂੰ ਸਿੰਪਲ BA ਕਰ ਲਾ BA ਕਰ ਲਿਆ ਹੁਣ ਪਤਾ ਕਿ ਪੜ੍ਹਾਈ ਖਤਮ ਹੋ ਗਈ ਹੁਣ ਤੂੰ ਅੱਗੇ MA ਕਰ ਕਿਸੇ ਨੇ ਇੱਕ MA ਕਰ ਲਈ ਕਿਸੇ ਨੇ 2 ਕਰ ਲਈ ਮੈਂ ਇਹੋ ਜਿਹੇ ਕਈ ਬੱਚੇ ਗਿਣਾ ਸਕਦਾ ਜਿਹਨਾਂ ਨੇ 3-3 MA ਕੀਤੀਆਂ ਹੋਈਆਂ ਬਿਲਕੁਲ ਜੀ ਬਿਲਕੁਲ ਅਲਟੀਮੇਟਲੀ 3-3 MA ਕਰਨ ਤੋਂ ਬਾਅਦ 6-6-7-7 ਸਾਲ ਖਰਾਬ ਕਰਨ ਤੋਂ ਬਾਅਦ ਫਿਰ 8-10,000 ਦੀ ਨੌਕਰੀ 'ਤੇ ਪੰਜਾਬ 'ਚ ਲੱਗੇ ਹੋਏ ਨੇ ਕੀ ਮਾਸਟਰ ਤੋਂ ਬਾਅਦ ਆਲਰੇਡੀ ਬੱਚੇ ਨੇ ਮਾਸਟਰ ਕੀਤੀ ਉਹ ਡਬਲ ਮਾਸਟਰ ਕਰਨ ਲਈ ਆਸਟ੍ਰੇਲੀਆ ਜਾ ਸਕਦਾ ਬਿਲਕੁਲ ਜਾ ਸਕਦਾ ਜੀ ਮਨੀਸ਼ ਜੀ ਲੇਕਿਨ ਕੁਝ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਜਿਵੇਂ ਤੁਸੀਂ ਕਿਹਾ ਵੀ ਡਬਲ MA ਕਰ ਲਈ ਹਨਾ ਇਸ ਤੋਂ ਬਾਅਦ ਫਿਰ ਕਰ ਲਈ MA ਬਟ ਡਿਪੈਂਡ ਕਰਦਾ ਵੀ ਤੁਹਾਡੇ ਪਰਸੈਂਟੇਜ ਕਿੰਨੇ ਆ ਹਨਾ ਅਗਰ ਤੁਹਾਡੀ ਫਸਟ ਡਿਵੀਜ਼ਨ ਦੇ ਵਿੱਚ ਤੁਸੀਂ ਆਪਣੀ ਡਬਲ MA ਕਰ ਚੁੱਕੇ ਹੋ ਸੋ ਉਹ ਡਿਪੈਂਡ ਇਹਦੇ 'ਚ ਇਹ ਨਹੀਂ ਹੈਗਾ ਵੀ ਕਦੇ ਵੀ ਕਿਸੇ ਵੀ ਬੰਦੇ ਨੂੰ ਪੜ੍ਹਾਈ ਲਈ ਕੋਈ ਰੋਕ ਹੈ ਹਨਾ ਤੋ ਮੈਂ 35-40 ਸਾਲ ਬੰਦਿਆਂ ਵਾਲਿਆਂ ਦੇ ਵੀ ਜਿਨ੍ਹਾਂ ਦੀ ਏਜ 40 ਈਅਰਸ ਹੋ ਗਈ ਸੀ 10 ਸਾਲ ਪੜ੍ਹਾਈ ਦਾ ਗੈਪ ਹੋ ਗਿਆ ਡਬਲ ਮਾਸਟਰਸ ਕਰ ਲਈ ਅਸੀਂ ਉਹ ਵੀਜ਼ੇ ਵੀ ਲਏ ਆ ਲੇਕਿਨ ਡਿਪੈਂਡ ਕਰਦਾ ਪ੍ਰੋਫਾਈਲ ਟੂ ਪ੍ਰੋਫਾਈਲ ਉਹ ਸਾਰੀ ਪ੍ਰੋਫਾਈਲ ਤੁਸੀਂ ਇੱਕ ਵਾਰ ਆ ਕੇ ਸਾਨੂੰ ਚੈੱਕ ਕਰਾਓ ਵੀ ਅਗਰ ਤੁਸੀਂ ਡਬਲ MA ਕੀਤੀ ਆ ਜਾਂ ਤੁਸੀਂ BCA ਤੋਂ ਬਾਅਦ MCA ਕਰ ਲਈ ਹੈ ਸੋ ਅੱਗੇ ਵੀ ਤੁਸੀਂ ਅੱਗੇ IT ਨਾਲ ਜਾਣਾ ਚਾਹੁੰਦੇ ਹੋ ਤੁਸੀਂ ਜਾ ਸਕਦੇ ਹੋ ਮਾਸਟਰ ਆਫ IT ਐਡਵਾਂਸ ਦਾ ਪ੍ਰੋਗਰਾਮ ਦਾ ਕੋਰਸ ਤੁਸੀਂ ਲੈ ਸਕਦੇ ਹੋ ਜਾਂ ਤੁਸੀਂ ਜਿਵੇਂ ਆਪਣਾ MBA ਪ੍ਰੋਗਰਾਮ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ ਨੈਟਵਰਕਿੰਗ ਦੇ ਕੋਰਸਿਸ ਵੀ ਕਾਫੀ ਆ ਸੋ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਆਪਾਂ ਨੂੰ ਦੱਸਣਾ ਪਊਗਾ ਆਪਣੀ SOP ਦੇ ਵਿੱਚ ਵੀ ਮੈਂ ਇੰਡੀਆ ਦੇ ਵਿੱਚ ਡਬਲ ਮਾਸਟਰ ਕੀਤੀ ਆ ਹੁਣ ਮੈਂ ਅੱਗੇ ਪੜ੍ਹਾਈ ਲਈ ਕਿਉਂ ਜਾਣਾ ਚਾਹੁੰਦੀ ਹਾਂ ਜ਼ਰੂਰ ਕੰਸਰਨ ਹੁੰਦਾ ਵੀਜ਼ਾ ਆਫੀਸਰ ਨੂੰ ਕਿਉਂਕਿ ਜਦੋਂ ਆਪਾਂ ਇੱਥੇ ਇੰਨੀ ਜ਼ਿਆਦਾ ਪੜ੍ਹਾਈ ਕਰ ਲਈ ਤਾਂ ਅੱਗੇ ਆਪਾਂ ਪੜ੍ਹਾਈ ਲਈ ਹੀ ਜਾ ਰਹੇ ਹਾਂ ਕਿ ਸੈਟਲ ਹੋਣ ਲਈ ਜਾ ਰਹੇ ਹਾਂ ਸੋ ਬੜਾ ਫਰਕ ਹੈ ਇੰਡੀਆ ਦੀ ਪੜ੍ਹਾਈ ਦਾ ਔਰ ਆਸਟ੍ਰੇਲੀਆ ਦੀ ਪੜ੍ਹਾਈ ਦਾ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਐਕਸਪਲੇਨ ਕਰਨੀਆਂ ਪੈਣਗੀਆਂ ਅਸੀਂ ਇੱਦਾਂ ਦੇ ਪ੍ਰੋਫਾਈਲ ਦੇ ਵੀਜ਼ੇ ਲੈ ਰਹੇ ਹਾਂ ਜੀ ਕੋਈ ਵੀ ਡਾਊਟ ਆ ਸਾਨੂੰ ਆ ਕੇ ਤੁਸੀਂ ਮਿਲ ਸਕਦੇ ਹੋ ਜੀ ਸੋ ਇੱਕ ਆਖਰੀ ਸਵਾਲ ਹਰਸਿਮਰਨ ਜੀ ਕੋਲੋਂ ਪੁੱਛਣਾ ਚਾਹਾਂਗਾ ਹਰਸਿਮਰਨ ਜੀ ਜਦੋਂ ਕੈਨੇਡਾ ਦੀ ਗੱਲ ਆਉਂਦੀ ਹੈ ਤਾਂ ਅੱਜ ਦੀ ਡੇਟ 'ਚ 14-15 ਲੱਖ ਰੁਪਏ ਲੱਗ ਜਾਂਦਾ ਜਦੋਂ ਬੱਚੇ ਨੇ ਅਪਲਾਈ ਕਰਨਾ ਆਸਟ੍ਰੇਲੀਆ ਇਹੀ ਜਿਹੜਾ ਖਰਚਾ ਹੈ ਫੀਸਾਂ ਦੀ ਗੱਲ ਕਰ ਲਈਏ ਤਾਂ ਸਮੈਸਟਰ ਦੀ ਫੀਸ ਸ਼ਾਇਦ 6 ਲੱਖ ਰੁਪਏ ਦੇ ਆਸ ਪਾਸ ਆਉਂਦੀ ਹੋਵੇਗੀ ਬੱਚੇ ਡਿਪੈਂਡ ਕਰਦਾ ਯੂਨੀਵਰਸਿਟੀ ਸਾਲ ਦੀ ਪੜ੍ਹਾਉਣੀ ਹੈ ਹਾਂ ਕਿੰਨੇ ਬੱਚੇ ਬਾਕੀ ਹੈਲਥ ਕਵਰ ਹੋ ਗਿਆ ਇੰਸ਼ੋਰੈਂਸ ਹੋ ਗਿਆ ਪਾ ਕੇ ਬੱਚਾ ਫਿਰ ਵੀ ਖਰਚਾ 10-12-13 ਲੱਖ ਰੁਪਏ ਕਰੀਬ ਆ ਜਾਂਦਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਬੱਚੇ ਨੂੰ ਇੱਕ ਤਾਂ ਜਾ ਕੇ ਕੰਮ ਸੌਖਾ ਮਿਲ ਜਾਂਦਾ ਹੈ ਬੱਚੇ ਦਾ ਖਰਚਾ ਘੱਟ ਹੋ ਜਾਂਦਾ ਹੈ ਵੀਜ਼ਾ ਚਾਂਸਿਸ ਬੱਚੇ ਜ਼ਿਆਦਾ ਨੇ ਰਦਰ ਦੈਨ ਕੈਨੇਡਾ ਪ੍ਰੋਬਲਮ ਕਿੱਥੇ ਹੁੰਦੀ ਹੈ ਬੱਚੇ ਦੇ ਪੇਰੈਂਟਸ ਔਰ ਬੱਚੇ ਦੇ ਮਨ 'ਚ ਸਿਰਫ 1% ਡਰ ਇਹ ਰਹਿੰਦਾ ਹੈ ਕਿ ਆਸਟ੍ਰੇਲੀਆ ਜਾ ਕੇ ਸੁਣਨ 'ਚ ਇਹ ਆਉਂਦਾ ਹੈ ਕਿ ਇੱਥੇ ਬੱਚਾ ਪੱਕਾ ਨਹੀਂ ਹੁੰਦਾ ਬੱਚੇ ਦੀ PR ਨਹੀਂ ਹੋ ਪਾਉਂਦੀ ਸੋ ਵਾਕਈ ਕੀ ਬੱਚਾ ਖੱਜਲ ਖੁਆਰ ਹੁੰਦਾ ਆਸਟ੍ਰੇਲੀਆ ਜਾ ਕੇ ਦੇਖੋ ਮਨੀਸ਼ ਜੀ ਥੋੜ੍ਹਾ ਜਿਹਾ ਆਪਾਂ ਜੇ ਕੰਪੈਰੀਜ਼ਨ ਕਰੀਏ ਕੈਨੇਡਾ ਨਾਲ ਥੋੜ੍ਹਾ ਟਫ ਹੈ ਲੇਕਿਨ ਬਿਲਕੁਲ ਇਹ ਨਹੀਂ ਹੈਗਾ ਕਿ PR ਨਹੀਂ ਮਿਲਦੀ ਬੱਚੇ ਦਾ ਕੰਮ ਨਹੀਂ ਹੁੰਦਾ ਲੇਕਿਨ ਜਿੰਨੇ ਵੀ ਮੈਂ ਪਿਛਲੇ ਹੁਣ ਅਸੀਂ ਹਜ਼ਾਰਾਂ ਬੱਚੇ ਭੇਜ ਚੁੱਕੇ ਹਾਂ ਮੈਨੂੰ ਨਹੀਂ ਲੱਗਦਾ ਕਿ 1 ਜਾਂ 2
ਕੋਰਸ ਲੈ ਕੇ ਭੇਜਤਾ ਜੀ ਆਈ ਟੀ ਦਾ ਹੈ ਨਾ ਅਕਾਊਂਟਿੰਗ ਦਾ ਉੱਥੇ ਜਾਂਦੇ ਸਾਰ ਹੀ ਬੱਚਾ ਪਹਿਲੇ ਦਿਨ ਜਾ ਕੇ ਬੱਚਾ ਕਹਿੰਦਾ ਵੀ ਮੈਨੂੰ ਅੱਜ ਹੀ ਪੀ ਆਰ ਮਿਲ ਜੇ ਨਹੀਂ ਯਾਰ ਮੈਂ ਤਾਂ ਕੁੱਕਰੀ 'ਚ ਜਾਣਾ ਮੈਂ ਤਾਂ ਆਟੋਮੋਬਾਈਲ 'ਚ ਜਾਣਾ ਸੋ ਅਗਰ ਤੁਸੀਂ ਆਪਣੇ ਪ੍ਰੋਫਾਈਲ ਨੂੰ ਖਰਾਬ ਕਰ ਲਓਗੇ ਸ਼ੁਰੂ ਦੇ ਵਿੱਚ ਹੀ ਤਾਂ ਅੱਗੇ ਜਾ ਕੇ ਪੀ ਆਰ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਉਹ ਆਉਂਦੀਆਂ ਨੇ ਹੈ ਨਾ ਵੀ ਮੈਂ ਚੀਜ਼ ਕਹਿੰਦਾ ਅਗਰ ਤੁਸੀਂ ਆਪਣਾ ਕੋਰਸ ਚੇਂਜ ਕਰਨਾ ਤਾਂ ਐਟਲੀਸਟ ਤੁਸੀਂ ਘੱਟੋ ਘੱਟ ਜਿਹੜੇ ਉਹਨਾਂ ਦੇ ਰੂਲਸ ਰੈਗੂਲੇਸ਼ਨ ਨੇ ਉਹਨੂੰ ਫੋਲੋ ਕਰਕੇ ਹੀ ਕਰੋ ਅਗਰ ਤੁਸੀਂ ਸਹੀ ਤਰੀਕੇ ਨਾਲ ਆਪਣੇ ਰੂਲਸ ਰੈਗੂਲੇਸ਼ਨ ਫੋਲੋ ਕਰਦੇ ਹੋ ਤਾਂ ਅੱਗੇ ਪੀ ਆਰ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆਉਂਦੀ ਜੀ ਸੋ ਇੱਕ ਛੋਟਾ ਜਿਹਾ ਸਵਾਲ ਆਖਰੀ ਪੁੱਛਣਾ ਚਾਹਾਂਗਾ ਉਸ ਤੋਂ ਬਾਅਦ ਸਮਾਪਤੀ ਵੱਲ ਨੂੰ ਚੱਲਾਂਗੇ ਬੱਚਾ ਡਿਪਲੋਮਾ ਕੋਰਸ 'ਤੇ ਜਾਵੇ ਜਾਂ ਡਿਗਰੀ ਕੋਰਸ 'ਤੇ ਜਾਵੇ ਕਿਉਂਕਿ ਅਲਟੀਮੇਟਲੀ ਆਪਾਂ ਇੱਕ ਕਾਮਨ ਬੱਚੇ ਦੀ ਗੱਲ ਕਰ ਰਹੇ ਹਾਂ ਸੁਣਨਾ ਚਾਹਿਆ ਕਿ ਜੇਕਰ ਬੱਚਾ ਡਿਪਲੋਮਾ ਕੋਰਸ 'ਤੇ ਵੀ ਜਾਂਦਾ ਹੈ ਤਾਂ ਜੇ ਉਹਨੇ ਪੱਕਿਆ ਹੋਣਾ ਜਾਂ ਕੰਮ ਲੈਣਾ ਤਾਂ ਉਹਨੂੰ ਡਿਗਰੀ ਉੱਥੇ ਜਾ ਕੇ ਕਰਨੀ ਪੈਂਦੀ ਨਹੀਂ ਮਨੀਸ਼ ਜੀ ਇੱਦਾਂ ਨਹੀਂ ਕੁਛ ਹੈਗਾ ਲੇਕਿਨ ਕੁਛ ਕੁ ਜਿਹੜੇ ਕੋਰਸ ਨੇ ਉਹ ਸਕਿੱਲ ਕੈਟਾਗਰੀ ਦੇ ਕੋਰਸ ਨੇ ਜਿੱਦਾਂ ਕਿ ਨਰਸਿੰਗ ਹੋ ਗਿਆ ਹੈ ਨਾ ਕੁੱਕਰੀ ਹੋ ਗਿਆ ਲੇਕਿਨ ਇੱਥੋਂ ਦੀ ਪ੍ਰੋਬਲਮ ਜਿਹੜੀ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਡਿਪਲੋਮੇ 'ਚ ਵੀਜ਼ਾ ਲੈਣਾ ਉਹ ਬਹੁਤ ਜ਼ਿਆਦਾ ਮੁਸ਼ਕਿਲ ਹੈ ਤੋ 2019 ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਬਿਲਕੁਲ ਵੀ ਡਿਪਲੋਮੇ ਨੂੰ ਲੈ ਕੇ ਕਦੇ ਆਸਟ੍ਰੇਲੀਆ ਹਾਈ ਕਮਿਸ਼ਨ ਨੇ ਪ੍ਰਮੋਟ ਕੀਤਾ ਔਰ ਜਿਹੜੀਆਂ ਚੀਜ਼ਾਂ ਨੂੰ ਉਹਨਾਂ ਨੇ ਹਮੇਸ਼ਾ ਹੀ ਪ੍ਰੈਫਰੈਂਸ ਜਿਹੜੀ ਹੈ ਉਹ ਹਾਇਰ ਐਜੂਕੇਸ਼ਨ ਨੂੰ ਦਿੱਤੀ ਆ ਸੋ ਅਗਰ ਆਸਟ੍ਰੇਲੀਆ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਡਿਪਲੋਮਾ ਭੁੱਲ ਜਾਓ ਜਿਹੜੇ ਵੀ ਸਟੂਡੈਂਟਸ ਜਿਹੜੇ ਨੇ ਇੰਡੀਆ ਤੋਂ ਨੇ ਸੋ ਡਿਪਲੋਮਾ ਦੇ ਵਿੱਚ ਸਕਸੈਸ ਰੇਟ ਜਿਹੜੀ ਆ ਉਹ ਬਹੁਤ ਘੱਟ ਹੈ ਤੁਸੀਂ ਡਿਗਰੀ ਦੇ ਵਿੱਚ ਹੀ ਜਾ ਕੇ ਅਪਲਾਈ ਕਰੋ ਹਾਂ ਤੁਸੀਂ ਡਿਗਰੀ ਉੱਥੇ ਜਾ ਕੇ ਪੜ੍ਹਦੇ ਹੋ ਤਾਂ ਤੁਹਾਨੂੰ ਜਿਹੜਾ ਜੋਬ ਸਕੇਲ ਹੈ ਉਹ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਹੋਊਗਾ ਓਬਵੀਅਸਲੀ ਤੁਸੀਂ ਡਿਪਲੋਮਾ ਕੀਤਾ ਤਾਂ ਤੁਹਾਨੂੰ ਜਿਹੜੀ ਪੜ੍ਹਾਈ ਦੀ ਨੌਲੇਜ ਆ ਉਹ ਘੱਟ ਹੈ ਜੇ ਤੁਸੀਂ ਡਿਗਰੀ ਕੀਤੀ ਹੈ 3 ਤੋਂ 4 ਸਾਲ ਦੀ ਤਾਂ ਉਹ ਤੁਹਾਨੂੰ ਨੌਲੇਜ ਜਿਹੜੀ ਉਹ ਜ਼ਿਆਦਾ ਆ ਜਾਂਦੀ ਜੀ ਸੋ ਹਰਸਿਮਰਨ ਜੀ ਸੁਨੇਹਾ ਕੀ ਦੇਣਾ ਚਾਹੋਗੇ ਬੱਚਿਆਂ ਨੂੰ ਮੈਂ ਇਹ ਕਹਿਣਾ ਚਾਹੂੰਗਾ ਜੀ ਜਿਹੜੇ ਬੱਚੇ ਗ੍ਰੈਜੂਏਸ਼ਨ ਕੀਤੀ ਹੈ ਮਾਸਟਰਸ ਲਈ ਜਾਣਾ ਚਾਹੁੰਦੇ ਆ ਤਾਂ ਇੱਕ ਵਾਰੀ ਸਮਾਰਟ ਸਟੱਡੀ ਦੇ ਆਫਿਸ ਜ਼ਰੂਰ ਵਿਜ਼ਿਟ ਕਰੋ ਪ੍ਰੋਫਾਈਲ ਬਾਰੇ ਸਾਨੂੰ ਆ ਕੇ ਮਿਲੋ ਸਾਡੀ ਪ੍ਰੋਫੈਸ਼ਨਲ ਟੀਮ ਨੂੰ ਮਿਲੋ ਜੇ ਤੁਹਾਡਾ ਦਿਲ ਲੱਗਦਾ ਹੈ ਕਿ ਸਾਨੂੰ ਸਹੀ ਸਲਾਹ ਮਿਲੀ ਹੈ ਤਾਂ ਤੁਸੀਂ ਜ਼ਰੂਰ ਸਮਾਰਟ ਸਟੱਡੀ ਦੇ ਫਾਈਲ ਪਾਓ ਜਾਣ ਤੋਂ ਪਹਿਲਾਂ ਇੱਕ ਵਾਰੀ ਸਮਾਰਟ ਸਟੱਡੀ ਜ਼ਰੂਰ ਵਿਜ਼ਿਟ ਕਰੋ ਜੀ ਸੋ ਵਰੁਣ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਲਦੀ ਦੇਖੋ ਮੈਂ ਇਹੀ ਕਹਿਣਾ ਚਾਹੂੰਗਾ ਵੀ ਜਦੋਂ ਵੀ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਨਾ ਉਹ ਏਜੰਟ ਦਾ ਜਿਹੜਾ ਬੈਕਗ੍ਰਾਉਂਡ ਚੈੱਕ ਕਰ ਲਓ ਉਹ ਬੰਦੇ ਨੇ ਕਿੰਨੇ ਵੀਜ਼ੇ ਲਵਾਇਆ ਹੁਣ ਤੱਕ ਜਿਹੜੇ ਤੁਹਾਡੇ ਤੋਂ ਪੈਸੇ ਲਿੱਤੇ ਜਾ ਰਹੇ ਆ ਉਹ ਪਹਿਲਾਂ ਤਾਂ ਨਹੀਂ ਲਿੱਤੇ ਜਾ ਰਹੇ ਅਗਰ ਉਹ ਬੰਦਾ ਆਸਟ੍ਰੇਲੀਆ ਦੇ ਵਿੱਚ ਮਹੀਨੇ ਦੇ 30-40-50 ਵੀਜ਼ੇ ਲਵਾਉਂਦਾ ਤੁਹਾਡੇ ਤੋਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈ ਰਿਹਾ ਤਾਂ ਤੁਸੀਂ ਕਿਤੋਂ ਵੀ ਅਪਲਾਈ ਕਰ ਸਕਦੇ ਹੋ ਜੀ ਸੋ ਸਮਾਰਟ ਸਟੱਡੀ ਤੋਂ ਅੱਜ ਹਰਚਿਮਨ ਕਾਲਰ ਜੀ ਔਰ ਵਰੁਣ ਕਾਲਰ ਜੀ ਸਾਡੇ ਨਾਲ ਖਾਸ ਤੌਰ 'ਤੇ ਸਟੂਡੀਓ ਵਿੱਚ ਪਹੁੰਚੇ ਹੋਏ ਸੀ ਇਸ ਕਰਕੇ ਬੁਲਾਇਆ ਗਿਆ ਸੀ ਕਿ ਬਹੁਤ ਸਾਰੀ ਇਨਕੁਆਇਰੀ ਸੀ ਬੱਚਿਆਂ ਦੀ ਜਿਹੜੇ ਬੱਚੇ ਆਲਰੇਡੀ ਇੱਥੇ ਗ੍ਰੈਜੂਏਸ਼ਨ ਕਰ ਚੁੱਕੇ ਸੀ ਜਿਹੜੇ ਬੱਚੇ ਆਲਰੇਡੀ ਇੱਥੇ ਮਾਸਟਰਸ ਕਰ ਚੁੱਕੇ ਸੀ ਸਾਲ 2 ਸਾਲ 3 ਸਾਲ 4 ਸਾਲ ਦਾ 5 ਸਾਲ ਦਾ ਗੈਪ ਪੈ ਚੁੱਕਾ ਸੀ ਕਿ ਉਹ 5-7 ਸਾਲ ਦੇ ਗੈਪ ਦੇ ਨਾਲ ਆਸਟ੍ਰੇਲੀਆ ਜਾ ਸਕਦੇ ਆ ਜਾਂ ਨਹੀਂ ਜਾ ਸਕਦੇ ਕਿਤੇ ਕੰਸਲਟੈਂਟ ਆਪਣੀ 10-15-20-50 ਹਜ਼ਾਰ ਰੁਪਇਆ ਫੀਸ ਦੇ ਚੱਕਰ 'ਚ ਉਹਨਾਂ ਨੂੰ ਗੁੰਮਰਾਹ ਤਾਂ ਨਹੀਂ ਕਰ ਪਰ ਬਹੁਤ ਸਾਰਥਕ ਸਿੱਟੇ ਸਾਹਮਣੇ ਆਏ ਸਾਰਥਕ ਗੱਲਾਂ ਸਾਹਮਣੇ ਆਈਆਂ ਕਿ ਤੁਹਾਡਾ ਸਟੱਡੀ ਗੈਪ ਵੀ ਹੈ ਕੋਈ ਪ੍ਰੋਬਲਮ ਨਹੀਂ ਤੁਸੀਂ ਅਪਲਾਈ ਕਰ ਸਕਦੇ ਹੋ ਪੈਸੇ ਤੁਸੀਂ ਉਦੋਂ ਦੇਣੇ ਜਦੋਂ ਵੀਜ਼ਾ ਲੱਗ ਗਿਆ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਜਾਂ ਤੁਸੀਂ ਮਾਸਟਰਸ ਕੀਤੀ ਹੋਈ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਸਪਾਊਸ ਦੇ ਨਾਲ ਵੀ ਅਪਲਾਈ ਕਰ ਸਕਦੇ ਹੋ ਤੁਹਾਡੀ ਅਗਰ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਆ ਤੁਹਾਡਾ ਸਪਾਊਸ ਇਕੁਅਲੀ ਗ੍ਰੈਜੂਏਟ ਹੋਣਾ ਚਾਹੀਦਾ ਜੇਕਰ ਤੁਸੀਂ ਉਹਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਜੇ ਡਿਪੈਂਡੈਂਟ ਕੇਸ 'ਤੇ ਜਾਣਾ ਚਾਹੁੰਦੇ ਹੋ ਬਾਅਦ 'ਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਕੁਆਲੀਫਿਕੇਸ਼ਨ ਸ਼ਾਇਦ ਘੱਟ ਵੀ ਹੋ ਸਕਦੀ ਹੈ ਚੱਲ ਸਕਦੀ ਹੈ ਇਹ ਤੁਹਾਨੂੰ ਇੱਕ ਜਿਹੜਾ ਐਕਸਪਰਟ ਹੀ ਦੱਸ ਸਕਦਾ ਵਰੁਣ ਜੀ ਨੂੰ ਮਿਲ ਸਕਦੇ ਹੋ ਹਰਸਿਮਰਨ ਜੀ ਨੂੰ ਮਿਲ ਸਕਦੇ ਹੋ 7875-7875 ਨੰਬਰ 'ਤੇ ਕਾਲ ਕਰਕੇ ਸੋ ਵਰੁਣ ਜੀ ਕੁਛ ਕਹਿਣਾ ਚਾਹੁੰਦੇ ਹੋ ਮੈਂ ਇਹਦੇ ਵਿੱਚ ਇਹੀ ਕਹਿਣਾ ਚਾਹੂੰਗਾ ਜੀ ਤੁਸੀਂ ਕਿਸੇ ਵੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਇੱਦਾਂ ਨਹੀਂ ਹੈਗਾ ਵੀ ਤੁਸੀਂ ਲੁਧਿਆਣੇ ਆਓਗੇ ਤਾਂ ਮਤਲਬ ਫੇਰ ਹੀ ਜਿਹੜੀ ਤੁਹਾਡੀ ਫਾਈਲ ਨੂੰ ਪ੍ਰਾਇਰਟੀ ਦਿੱਤੀ ਜਾਊਗੀ ਸਾਰੀਆਂ ਜਿਹੜੀਆਂ ਨੇ ਉਹ ਕੋਈ ਫਰੈਂਚਾਈਜ਼ੀ ਨਹੀਂ ਜੇ ਸਾਰੀਆਂ ਬ੍ਰਾਂਚਿਸ ਆ ਕਿਤੇ ਵੀ ਤੁਸੀਂ ਜਾਂਦੇ ਹੋ ਸਾਰੇ ਕਿਤੇ ਐਕਸਪਰਟ ਟੀਮ ਹੈ ਸਾਰੇ ਕਿਤੇ ਫਾਈਲ ਦਾ ਜਿਹੜਾ ਸਟੇਟਸ ਆ ਉਹ ਸਾਨੂੰ ਪਤਾ ਹੁੰਦਾ ਫਿਲਹਾਲ ਜਾ ਚਾਹੁੰਦੇ ਹਾਂ ਵਰੁਣ ਜੀ ਔਰ ਹਰਸਿਮਰਨ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮਨੀਸ਼ ਜੀ ਥੈਂਕ ਯੂ ਜੀ